ਬਹੁਤ ਸਾਰੇ ਖੇਤਿਆਂ ਦੇ ਵਿੱਚ ਇਸ ਵੇਲੇ ਪਾਣੀ ਦੀ ਸਮੱਸਿਆ ਹੈ ਕਾਨੂੰਨ ਤਾਂ ਬੜੇ ਸਖਤ ਨੇ ਪਰ ਉਹਨਾਂ ਦੇ ਕੀ ਇੰਪਲੀਮੈਂਟੇਸ਼ਨ ਹੈਗੀ ਜ਼ਮੀਨੀ ਪੱਧਰ ਤੇ ਉਹਨਾਂ ਦਾ ਕੀ ਹਾਲ ਹੈਗਾ ਘੈਰਾ ਦਾ ਪਾਣੀ ਜਿਹੜੇ ਇੰਡਸਟਰੀਅਲ ਵੇਸਟ ਹੈ ਸਿਰਫ ਉਹਨੂੰ ਸਿੱਟਣ ਦੇ ਲਈ ਬੱਤਿਆ ਜਾ ਰਿਹਾ ਤੇ ਇਹ ਬੜੀ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਜਿਹੜੇ ਇਲਾਕਿਆਂ ਚੋਂ ਨਹਿਰਾ ਲੰਘਦੀਆਂ ਨੇ ਉੱਥੇ ਪਾਣੀ ਦੀ ਦਿੱਕਤ ਹੈਗੀ ਇਸ ਵੇਲੇ ਐਕਟ ਵੀ ਬਣੇ ਹੋਏ ਨੇ ਕਨਾਲ ਐਂਡ ਡਰੇਨੇਜ ਐਕਟ ਬਣਿਆ ਹੋਇਆ ਹੈ ਹੋਰ ਨਹਿਰੀ ਵਿਭਾਗਿਆ ਦੇ ਵਾਟਰ ਲਾਜ਼ ਵੀ ਐਕਟ ਬਣੇ ਹੋਏ ਨੇ لیکن پھر بھی ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਜ਼ਰੂਰ ਰਹੀ ਹੈ ਅਫਸਰ شاہੀ ਜਦੋਂ ਕਿਤਾਬਾਂ ਲਿਖਦੀ ਆ ਉਹ ਚ ਦੱਸ ਦਿਆ ਬਈ ਉਸ ਸਮੇਂ ਦੇ ਵਿੱਚ ਆਪਦੇ ਜੋ ਮੌਜੂਦਾ ਸਾਡੇ ਸੀਐਮ ਸਾਹਿਬ ਸੀਗੇ ਸਾਡੇ ਜੋ ਮੰਤਰੀ ਜੀ ਸੀਗੇ ਉਹਨਾਂ ਨੂੰ ਅਸੀਂ ਜ਼ਰੂਰ ਇਹ ਸੁਝਾਓ ਦਿੱਤਾ ਤੇ ਆਫਿਸ ਪੋਲਿਟਿਕਸ ਦੇ ਚੱਲਦੇ ਫਲਾਨੀ ਪੋਲਿਟੀਕਲ ਇਸ਼ੂ ਦੇ ਚੱਲਦੇ ਸਾਡਾ ਇਹ ਸੁਝਾਓ ਮੰਨਿਆ ਨਹੀਂ ਗਿਆ ਤਾਂ ਲੱਗਦਾ ਨਹੀਂ ਕਿ ਇਸ ਸੰਬੰਧੀ ਵੀ ਇੱਕ ਕਾਨੂੰਨ ਬਣ ਜਾਣੇ ਚਾਹੀਦੇ ਆ ਕਿ ਜਿਹੜੇ ਲੋਕਾਂ ਨੇ ਪਹਿਲਾਂ ਧੋਖਾ ਕੀਤਾ ਪੰਜਾਬ ਨਾਲ ਜਾਂ ਕਰੋੜਾਂ ਰੁਪਏ ਅੰਦਰ ਕੀਤਾ ਉਹਨਾਂ ਦੀ ਜਾਂਚ ਹੋਵੇ ਜਿਸ ਸਮੇਂ ਤੋਂ ਇਹ ਲੈਪਸ ਹੋਣੇ ਸ਼ੁਰੂ ਹੋਏ ਜਿਸ ਸਮੇਂ ਤੋਂ ਇਹ ਨੁਕਸਾਨ ਹੋਣੇ ਸ਼ੁਰੂ ਹੋਏ ਜੋ ਮੇਰੀ ਜ਼ਿੰਮੇਵਾਰੀ ਬਣਦੀ ਸੀ ਉਹਦੇ ਲਈ ਕੋਈ ਨਾ ਕੋਈ ਅਕਾਉਂਟੇਬਿਲਟੀ ਮੇਰੀ ਅੱਜ ਬਣਦੀ ਹੈ ਜੇ ਰਿਟਾਇਰਮੈਂਟ ਤੋਂ ਬਾਅਦ ਵੀ ਐਕਸਪੋਜ਼ ਨਾ ਤਾਂ ਇਹ じゃ ਕੋਈ ਪ੍ਰਾਵਧਾਨ ਹੈ ਨਹੀਂ ਬੜੇ ਬੜੇ ਡੈਮੇਜ ਬਣਿਆ ਅਨੰਪੁਰ ਹੋ ਗਿਆ ਉੱਥੋਂ ਉੱਥੋਂ ਜਦੋਂ ਪਾਣੀ ਛੱਡਿਆ ਜਾਂਦਾ ਤਾਂ ਉਹ ਬਹਾਓ ਬਹੁਤ ਜ਼ਿਆਦਾ ਫਲੋ ਵਿੱਚ ਆਉਂਦਾ ਤੇ ਨਹਿਰਾਂ ਦੇ ਵਿੱਚ ਛੋਟੇ ਛੋਟੇ ਪ੍ਰੋਜੈਕਟ ਐਟ ਲੀਸਟ ਜਿਹੜੇ 10 ਪਿੰਡਾਂ ਨੂੰ 5 ਪਿੰਡਾਂ ਨੂੰ ਐਟ ਲੀਸਟ ਪਾਵਰ ਜਨਰੇਟ ਕਰਨ ਉਹਨਾਂ ਕਾ ਲਾਹਾ ਪਾਣੀ ਤੋਂ ਹੋਰ ਵੀ ਲਿਆ ਜਾ ਸਕਦਾ ਪਰ ਕਿਉਂ ਜੋ ਚੱਲਦਾ ਆ ਰਿਹਾ ਉਸੇ ਸਿਸਟਮ ਨੂੰ ਹੀ ਫੋਲੋ ਕੀਤਾ ਜਾ ਰਿਹਾ ਲੱਗਦਾ ਕਿ ਕਾਨੂੰਨ ਬਣੇ ਤਾਂ ਬਹੁਤ ਨੇ ਸਖਤ ਵੀ ਬਹੁਤ ਨੇ ਪਰ ਜ਼ਮੀਨੀ ਪੱਧਰ ਤੇ ਉਹ ਹਕੀਕੀ ਰੂਪ ਨਹੀਂ ਧਾਰ ਪਾਉਂਦੇ ਕਿਤੇ ਗਲਤ ਕੰਮ ਹੋ ਰਿਹਾ ਕੋਈ ਇੰਡਸਟਰੀ ਦੇ ਖਿਲਾਫ ਕੀ ਐਕਸ਼ਨ ਲਿਆ ਲੈ ਡਿਪਾਰਟਮੈਂਟ ਨੇ ਇਹਦੀ ਕਦੇ ਕੋਈ ਵੱਡੀ ਖਬਰ ਜੇ ਇਹਦਾ ਕੋਈ ਵੱਡਾ ਐਕਸ਼ਨ ਸਾਹਮਣੇ ਨਹੀਂ ਆਉਂਦਾ ਸਾਰੇ ਅਫਸਰਾਨਾਂ ਦੇ ਬੱਚੇ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਸੈੱਟ ਸਾਰੇ ਅਫਸਰਾਨ ਨੇ ਉਹ ਵੀ ਰਿਟਾਇਰਮੈਂਟ ਤੋਂ ਬਾਅਦ ਆਪਦਾ ਉੱਥੇ ਦਾ ਪਹਿਲੇ ਹੀ ਗ੍ਰੀਨ ਕਾਰਡ ਲਈ ਆਪਦੀਆਂ ਤਿਆਰੀਆਂ ਕਰੀ ਬੈਠੇ ਨੇ ਛੁੱਟੀਆਂ 'ਚ ਜਾਂਦੇ ਨੇ ਆਪਦੀ ਖਾਣਾ ਪੂਰਤੀ ਜਿਹੜੀ ਵਿਦੇਸ਼ 'ਚ ਗ੍ਰੀਨ ਕਾਰਡ ਲੈਣ ਲਈ ਜਿੰਨੀ ਕੁ ਰਿਕੁਆਇਰਮੈਂਟ ਹੈ ਉਹ ਕੋਸ਼ਿਸ਼ਾ ਕਰਦੇ ਨੇ ਉੱਥੇ ਜਾ ਕੇ ਰਹਿ ਕੇ ਆਉਂਦੇ ਨੇ ਟਾਈਮ ਲਾ ਕੇ ਆਉਂਦੇ ਨੇ ਚਾਹੇ ਇੱਥੇ ਅਨਪੇਡ ਲੀਵ ਲੈ ਕੇ ਜਾਣ ਜੇ ਮਰਜੀ ਆਪਦੇ ਆਪ ਨੂੰ ਮਤਲਬ ਇਥੋਂ ਉਹ ਲੈ ਕੇ ਜਾ ਰਹੇ ਨੇ ਕੈਸਾ ਨੇ ਵੀ ਗਾਹੇ-ਬਗਾਹੇ ਕਿਸਾਨ ਤੋਂ ਖੇਤੀ ਖੋ ਕੇ ਉਹ ਵਪਾਰੀ ਵਰਗ ਨੂੰ ਦੇਣ ਦੀ ਕੋਸ਼ਿਸ਼ ਹੈ ਥਾਣਾ ਜਦੋਂ ਬੇਸਿਕ ਨੈਸੈਸਿਟੀ ਹੈ ਉਹਦੇ ਵਿੱਚ ਸਿਰਫ ਕਿਸਾਨ ਦੇ ਉੱਤੇ ਹੀ ਛੱਡ ਦੇਣਾ ਵੀ ਨੁਕਸਾਨ ਹੋਇਆ ਤੇਰਾ ਪ੍ਰੋਫਿਟ ਹੋਇਆ ਮੇਰਾ ਇਸ ਰੂਪ ਦੇ ਵਿੱਚ ਨਹੀਂ ਗੱਲ ਚੱਲਦੀ ਪੰਜਾਬ ਦੇ ਵਿੱਚ ਕੁਝ ਸੋਚ ਰਹੇ ਨੇ ਵੱਡੇ ਵਪਾਰੀ ਵੀ ਇਹ ਨੂੰ ਸਿਰਫ ਟ੍ਰੇਡ ਦੇ ਲਈ ਅਸੀਂ ਇੱਕ ਰੂਟ ਦੇ ਰੂਪ ਦੇ ਵਿੱਚ ਕਿਉਂਕਿ ਜੋ ਪੋਜੀਸ਼ਨ ਹੈ ਪੰਜਾਬ ਦੀ ਉਹ ਬਾਰਡਰਿੰਗ ਸਟੇਟਸ ਨਾਲ ਗ੍ਰੈਂਡ ਟਰੰਕ ਰੋਡ ਦੇ ਉੱਤੇ ਪੰਜਾਬ ਜੁੜਾ ਪੁਰਾਣਾ ਟ੍ਰੇਡ ਰੂਟ ਸੀ ਉਦੇ ਉੱਤੇ ਫਾਲ ਕਰਦਾ ਪੰਜਾਬ ਜੋ ਇਹ ਟਾਰਗੇਟ ਲੈ ਕੇ ਕੁਝ ਵਪਾਰਕ ਬੰਦੇ ਸਰਕਾਰਾਂ ਨੂੰ ਇਹ ਚਲਾ ਰਹੇ ਨੇ ਤੇ ਇਹ ਸੋਚਦੇ ਨੇ ਵੀ ਅਸੀਂ ਸਿਰਫ ਇਹਦੇ ਲਈ ਕਰਾਂਗੇ ਤਾਂ ਆਉਣ ਵਾਲਾ ਸਮਾਂ ਬਹੁਤ ਚਿੰਤਾਜਨਕ ਹੈ ਕਿਉਂਕਿ ਵਪਾਰੀ ਬੰਦੇ ਵੱੱਦਾ ਵੀ ਜੋ ਹੈ ਉਹ ਤੇ ਵਪਾਰ ਦੇ ਬਾਰੇ ਸੋਚਦੇ ਆ ਉਹਨੇ ਦੇਸ਼ ਦਾ ਢਿੱਡ ਨਹੀਂ ਭਰਦਾ ਇਨਸਾਫ ਦੇ ਵਿੱਚ ਡਿਲੇ ਰਿਪੋਰਟਾਂ ਬੰਦ ਰਹਿ ਜਾਂਦੀਆਂ ਜਾਂ ਬਹੁਤ ਸਾਰੇ ਮਸਲੇ ਜਿਹੜੇ ਆ ਉਹ ਪੈਂਡਿੰਗ ਹੁੰਦੇ ਰਹਿੰਦੇ ਜਾਂ ਉਹਨਾਂ ਦੇ ਵਿੱਚ ਇਦਾਂ ਦੇ ਲੂਪ ਫੁੱਲ ਹੈ ਕਿ ਕੇਸ ਦੀ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਪੈਦੀ ਰਹਿੰਦੀ ਹੈ ਤੇ ਇਨਸਾਫ ਨੂੰ ਉਮਰਾਂ ਲੰਘ ਜੰਦੀਆਂ ਲੋਕਾਂ ਦੀਆਂ ਆਪਣਾ ਲਾਅ ਇਸਾ ਹੈ ਵੀ ਉਹਦੇ ਵਿੱਚ ਸਮਾਂ ਬਹੁਤ ਲੱਗਦਾ ਪੈਂਡੈਂਸੀ ਬਹੁਤ ਜ਼ਿਆਦਾ ਤੇ ਉਹ ਪੈਂਡੈਂਸੀ ਦਾ ਕਾਰਨ ਮੋਸਟਲੀ ਇਹੀ ਹੈ ਵੀ ਰਿਸੋਰਸਸ ਘਟ ਨੇ ਜੱਜਸ ਘਟੇ ਇਹ ਸੁਣਿਆ ਜਾਂਦਾ ਸੀ ਵੀ ਸਰਕਾਰਾਂ ਇਸ ਰੂਪ ਚ ਸਟਰੈਟਜੀਆ ਜਾਂ ਪਾਲਿਸੀਆਂ ਜਾਂ ਬਜਟ ਪਲਾਨ ਕਰ ਰਹੀਆਂ ਵੀ ਫੋਰਨ ਇਨਵੈਸਟਮੈਂਟ ਇੰਡੀਆ ਚ ਆਵੇ ਉਹ ਕਦੇ ਕਾਮਯਾਬ ਹੋਇਆ ਨਹੀਂ ਫੋਰਨਰਸ ਨੇ ਜ਼ਰੂਰ ਬਾਹਰ ਦੀਆਂ ਕੰਟਰੀਆਂ ਨੇ ਐਸੀਆਂ ਪਾਲਿਸੀਆਂ ਜੋ ਹੈ ਜਾਤ ਕਰ ਲੀਆਂ ਨੇ ਵੀ ਇੰਡੀਆ ਦਾ ਇਨਵੈਸਟਰ ਜਿਹੜਾ ਫੋਰਨ ਚ ਜਾ ਰਿਹਾ ਹਾਲ ਦੇ ਕੁਝ ਸਾਲਾਂ ਦੇ ਵਿੱਚ ਐਸੇ ਇਨਸੀਡੈਂਟ ਹੋ ਰਹੇ ਨੇ ਜਿਦੇ ਨਾਲ ਕਿਤੇ ਨਾ ਕਿਤੇ ਐ ਲੱਗਦਾ ਵੀ ਸਾਜ਼ਿਸ਼ ਦੇ ਅਧੀਨ ਧਰਮ ਨੂੰ ਚਾਹੇ ਉਹ ਹਿੰਦੂ ਧਰਮ ਹੈ ਪੰਜਾਬ ਦੇ ਵਿੱਚ ਚਾਹੇ ਉਹ ਸਿੱਖ ਧਰਮ ਹੈ ਚਾਹੇ ਕੋਈ ਹੋਰ ਧਰਮ ਹੋਵੇ ਇਹਨਾਂ ਦਾ ਜੋ ਅਸਰ ਹੈ ਉਹ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਚੀ ਕਾਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਅਫਸਰ ਸ਼ਾ ਲੈ ਕੇ ਹਾਜ਼ਰ ਆ। ਇਸ ਪ੍ਰੋਗਰਾਮ ਦੇ ذریعے ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਹਾਲਾਤ ਕਿਹੋ ਜਿਹੇ ਨੇ ਕਿਹਨਾ ਹਾਲਾਤਾਂ ਚ ਪੰਜਾਬ ਪਹੁੰਚਿਆ ਹੋਇਆ ਹੈ ਤੇ ਇਸ ਦੇ ਕਾਰਨ ਕੀ ਨੇ। ਜੇ ਸੂਬੇ ਦੇ ਵਿੱਚ ਜਿਸ ਸੂਬੇ ਦਾ ਨਾਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਪਾਣੀਆਂ ਤੋਂ ਪਿਆ ਪਾਣੀਆਂ ਦੇ ਨਾਮ ਤੋਂ ਪਏ ਉਸ ਸੂਬੇ ਦੇ ਨਾਮ ਨੂੰ ਲੈ ਕੇ ਅੱਜ ਜਿਹੜੇ ਹਾਲਾਤ ਨੇ ਪਾਣੀਆਂ ਨੂੰ ਤਰਸਿਆ ਪਿਆ ਉਹ ਸੂਬਾ ਤਾਂ ਬਹੁਤ ਸਾਰੇ ਖੇਤਿਆਂ ਦੇ ਵਿੱਚ ਇਸ ਵੇਲੇ ਪਾਣੀ ਦੀ ਸਮੱਸਿਆ ਹੈ। ਪੰਜਾਬ ਦਾ ਯੂਥ ਜਿਹਨੂੰ ਅਸੀਂ ਕਹਿੰਦੇ ਹੁੰਦੇ ਸੀ ਕਿ ਪੂਰੇ ਦੇਸ਼ ਦੇ ਵਿੱਚ ਜਾਣਿਆ ਜਾਂਦਾ ਜਿਸ ਦੀ ਭਰਤੀ ਵੱਡੇ ਪੱਧਰ ਤੇ ਫੌਜ ਦੇ ਵਿੱਚ ਹੁੰਦੀ ਸੀ ਅੱਜ ਉਹ ਯੂਥ ਆਇਲ ਸੈਂਟਰਾਂ ਦੇ ਬਾਹਰ ਟੁਕਿਆ ਹੋਇਆ ਆਖਰਕਾਰ ਇਦਾਂ ਦੇ ਹਾਲਾਤ ਬਣੇ ਕਿਉਂ ਕਿਹੜੀਆਂ ਪਾਲਿਸੀਆਂ ਰਹੀਆਂ ਜਿਹੜੀਆਂ ਸਾਡੇ ਭਵਿੱਖ ਦੇ ਉੱਪਰ ਵੱਡਾ ਹਮਲਾ ਬਣ ਗਈਆਂ ਜਿਹੜੀਆਂ ਸਾਡੇ ਅਤੀਤ ਦੇ ਵਿੱਚ ਹੋਈਆਂ ਅੱਜ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਸਾਡਾ ਜਿਹੜਾ ਕਾਨੂੰਨ ਦਾ ਤੰਤਰ ਹੈਗਾ ਇਹ ਕਿਉਂ ਇਦਾਂ ਦਾ ਹੋਇਆ ਪਿਆ ਕਿ ਕਾਨੂੰਨ ਤਾਂ ਬੜੇ ਸਖਤ ਨੇ ਪਰ ਉਹਨਾਂ ਦੇ ਕੀ ਇੰਪਲੀਮੈਂਟੇਸ਼ਨ ਹੈਗੀ ਜਮੀਨੀ ਪੱਧਰ ਤੇ ਉਹਨਾਂ ਦਾ ਕੀ ਹਾਲ ਹੈਗਾ ਤਮਾਮ ਮਸਲੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਐਡਵੋਕੇਟ ਰਵਨੀਤ ਜੋਸ਼ੀ ਹੋਣਗੇ ਗੱਲਬਾਤ ਕਰਕੇ ਸਮਝਾਂਗੇ ਕਿ ਕਿਸ ਤਰੀਕੇ ਨਾਲ ਇਸ ਪੂਰੇ ਮਾਮਲੇ ਨੂੰ ਸਮਝਦੇ ਭਜੀ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਸੋ ਮਚ ਹਰਦੀਪ ਜੀ ਸਾਰੇ ਸਰੋਤਿਆਂ ਨੂੰ ਤੁਹਾਡਿਆਂ ਨੂੰ ਬਹੁਤ ਬਹੁਤ ਪਿਆਰੀ ਸਤਿ ਸ਼੍ਰੀ ਅਕਾਲ ਤੇ ਅੱਜ ਜਿਹੜਾ ਵਿਸ਼ੇ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਇਹ ਪੰਜਾਬ ਦੀ ਜਦੋਂ ਤੁਸੀਂ ਗੱਲ ਕੀਤੀ ਪੰਜਾਬ ਇਹ ਪਾਣੀਆਂ ਦੇ ਨਾਲ ਤੋਂ ਆ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਗੱਲ ਜਦੋਂ ਆਪਾਂ ਕਰੀਏ ਤਾਂ ਸਭ ਤੋਂ ਪਹਿਲਾਂ ਪਾਣੀ ਦੇ ਮੁੱਦੇ ਤੋਂ ਹੀ ਆਪਾਂ ਸ਼ੁਰੂ ਕਰੀਏ ਵੀ ਜਿਹੜਾ ਮੁੱਦਾ ਪੰਜਾਬ ਦਾ ਸਭ ਤੋਂ ਵੱਡਾ ਹੈ ਉਹ ਪਾਣੀਆਂ ਦਾ ਹੀ ਮੁੱਦਾ ਹੈ ਬਿਲਕੁਲ ਜੋਸ਼ੀ ਸਾਹਿਬ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਦੇ ਪਾਣੀਆਂ ਦਾ ਪੰਜ ਆਬਾਂ ਦੀ ਧਰਤੀ ਪੰਜਾਬ ਦੀ ਧਰਤੀ ਪਾਣੀ ਦੀ ਕੋਈ ਕਮੀ ਨਹੀਂ ਸੀਗੀ ਪਾਣੀ ਇਸ ਤਰੀਕੇ ਨਾਲ ਸੀਗਾ ਕਿ ਲੋਕ ਜਿੱਥੇ ਮਰਜੀ ਖੜਦੇ ਨੇ ਉੱਥੇ ਪਾਣੀ ਪਹੁੰਚ ਜਾਂਦਾ ਸੀ ਸ਼ਬੀਲਾਂ ਲੱਗਦੀਆਂ ਅੱਜ ਵੀ ਲੱਗਦੀਆਂ ਬੇਸ਼ੱਕ ਪਰ ਲੱਗਦਾ ਕਿ ਉਸੇ ਸੂਬੇ ਦੇ ਵਿੱਚ ਪੀਣ ਵਾਲੇ ਪਾਣੀ ਲਈ ਹੁਣ ਬੋਤਲਾਂ ਦਾ ਇਸਤੇਮਾਲ ਜ਼ਿਆਦਾ ਹੋਣ ਲੱਗ ਪਿਆ ਤੇ ਕਿਤੇ ਨਾ ਕਿਤੇ ਕਾਰਨ ਤਾਂ ਸਿਆਸੀ ਰਹੇ ਨੇ ਕੋਈ ਨਾ ਕੋਈ ਤਾਂ ਸਮਝੌਤਾ ਕਰ ਗਿਆ ਹਾਂਜੀ ਦੇਖੋ ਇਹਦੇ ਬਾਰੇ ਬਿਹਤਰ ਤਾਂ ਤੁਹਾਨੂੰ ਸ਼ਾਇਦ ਕੋਈ ਜੀਓਗ੍ਰਾਫੀਕਲ ਜੋ ਸਮਝ ਰੱਖਦਾ ਹੈ ਜਾਂ ਇਸ ਵਿਸ਼ੇ ਦਾ ਐਕਸਪਰਟ ਹੈ ਉਹ ਦੱਸ ਸਕਦਾ ਹੈ ਪਰ ਕਿਤੇ ਜਿਹੜੀ ਕਾਨੂੰਨੀ ਪਹਿਲੂ ਦੇ ਵਿੱਚ ਜਾਂ ਦੇਖਿਓ ਪੋਲਿਟੀਕਲ ਸਿਨੈਰੀਓ ਦੇ ਵਿੱਚ ਜੋ ਕਮੀਆਂ ਕਾਮਨ ਮੈਨ ਜਾਂ ਲੇਮੈਨ ਦੀ ਨਜ਼ਰ ਦੇ ਵਿੱਚ ਆਉਂਦੀਆਂ ਨੇ ਉਹਦੇ ਬਾਰੇ ਦੇਖਿਆ ਜਾਵੇ ਤਾਂ ਹਾਂ ਜਾਂ ਬੱਚਾ ਬੱਚਾ ਸਮਝ ਰਿਹਾ ਤੇ ਕਿਤੇ ਇਹ ਇਹ ਵੀ ਜਾਣ ਰਿਹਾ ਵੀ ਕਿਤੇ ਨਾ ਕਿਤੇ ਸਾਡੀ ਲੀਡਰਸ਼ਿਪ ਦੀ ਤੇ ਸਾਡੇ ਕਿਤੇ ਨਾ ਕਿਤੇ ਸਰਕਾਰੀ ਤੰਤਰ ਦੀ ਜੋ ਹੈ ਕਮੀ ਰਹੀ ਹੈ ਜਿਹਦੇ ਕਰਕੇ ਆਹ ਸਮੱਸਿਆ ਅੱਜ ਵੱਡੇ ਪੇਮਾਨੇ ਤੇ ਪੰਜਾਬ ਨੂੰ ਫੇਸ ਕਰਨੀ ਪੈ ਰਹੀ ਹੈ ਜੀ ਪੰਜਾਬ ਜੋ ਹੈ ਇੰਡੋਜਾਇਗੈਂਟਿਕ ਪਲੇਨ ਦੇ ਜਿਹੜਾ ਹੈ ਇਹ ਉਹ ਜੀਓਗ੍ਰਾਫਿਕਲੀ ਉਹ ਉਸ ਐਸੀ ਧਰਤੀ ਹੈ ਜਿਹੜੀ ਮਤਲਬ ਕਿ ਵੈਰੀ ਫਿਟ ਫਾਰ ਐਗਰੀਕਲਚਰ ਪ੍ਰੋਡਕਸ਼ਨ ਹੈ ਫੇਰ ਵੀ ਪਾਣੀ ਦੇ ਵੀ ਜਿਹੜੀ ਹੈ ਇੱਥੇ ਕੋਈ ਕਮੀ ਨਹੀਂ ਹੈਗੀ ਨਹਿਰਾ ਆਪਾਂ ਦੇਖਦੇ ਆ ਆਮ ਤੌਰ ਤੇ ਚਾਹੇ ਮਾਝਾ ਦੁਆਬਾ ਮਾਲਵਾ ਜਿਹੜੇ ਮਰਜੀ ਏਰੀਆ ਚ ਜਾਓ ਤੁਸੀਂ ਤੁਹਾਨੂੰ ਵਡੀਆਂ-ਵਡੀਆਂ ਨਹਿਰਾਂ ਜਿਹੜੀਆਂ ਰੋਡ ਦੇ ਉੱਤੇ ਹੀ ਕ੍ਰੋਸ ਕਰਨੀਆਂ ਪੈਂਦੀਆਂ ਕਿਤੇ ਜੋੜੀਆਂ ਨਹਿਰਾਂ ਨਿਕਲ ਰਹੀਆਂ ਇਧਰ ਸਾਡੇ ਏਰੀਆ ਵੱਲ ਜਾਣੇ ਹੋ ਜੇ ਸੰਗਰੂਰ ਵੱਲ ਤਾਂ ਤੁਹਾਨੂੰ ਭਾਖੜਾ ਜੋ ਬਾਰ-ਬਾਰ ਕ੍ਰੋਸ ਕਰਨੀ ਪੈਂਦੀ ਹੈ ਲੇਕਿਨ ਫੇਰੇ ਹੈਰਾਨੀ ਦੀ ਗੱਲ ਹੈ ਪਹਿਲਾਂ ਖੈਰ ਨਹੀਂ ਸਮਝ ਨਹੀਂ ਸੀ ਹੁਣ ਜੋ-ਜੋ ਸਮਝ ਆਉਂਦੀ ਹੈ ਤਾਂ ਪਤਾ ਕਰਦੇ ਆ ਵੀ ਇਹ ਨਹਿਰਾਂ ਦਾ ਪਾਣੀ ਕਿਸ ਕੰਮ ਦੇ ਲਈ ਵਰਤਿਆ ਜਾ ਰਿਹਾ ਹੈ ਇਹ ਨਹਿਰਾਂ ਦਾ ਪਾਣੀ ਜਿਹੜੇ ਇੰਡਸਟਰੀਅਲ ਵੇਸਟ ਹੈ ਸਿਰਫ ਉਹਨੂੰ ਸਿੱਟਣ ਦੇ ਲਈ ਵਰਤਿਆ ਜਾ ਰਿਹਾ ਨਾ ਇਹ ਪੰਜਾਬ ਦੇ ਲੋਕ ਪੀਣ ਲਈ ਵਰਤ ਰਹੇ ਨੇ ਨਾ ਇਹ ਕਿਸੇ ਹੋਰ ਐਗਰੀਕਲਚਰ ਜਿਹੜਾ ਉਹਦੀ ਯੂਟਿਲਿਟੀ ਪ੍ਰੋਪਰ ਤਰੀਕੇ ਨਾਲ ਉਸ ਪਾਣੀ ਦੀ ਕੀਤੀ ਜਾ ਰਹੀ ਹੈ ਬਸ ਪੰਜਾਬ ਦੇ ਵਿੱਚ ਉਹਦੀ ਹੋ ਕੇ ਉਹ ਪਾਣੀ ਜੋ ਹੈ ਹੋਰ ਸਟੇਟਾਂ ਨੂੰ ਜਾ ਜਾ ਰੂ ਇਹ ਬੜੀ ਅਹਿਮ ਚੀਜ਼ ਹੈ ਕਿ ਜਦੋਂ ਅਸੀਂ ਪੰਜਾਬ ਦੀ ਵਿੱਚੋਂ ਨਹਿਰਾਂ ਦੀ ਗੱਲ ਕਰਦੇ ਆਂ ਵੱਡੀਆਂ-ਵੱਡੀਆਂ ਨਹਿਰਾਂ ਪੰਜਾਬ ਤੋਂ ਨਿਕਲ ਕੇ ਦੂਜੇ ਸੂਬਿਆਂ 'ਚ ਚਲੇ ਜਾਂਦੀਆਂ ਤੇ ਉਹ ਹੈ ਵੀ ਪੱਕੀਆਂ ਨਹਿਰਾਂ ਤੇ ਇਹ ਬੜੀ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਜਿਹੜੇ ਇਲਾਕਿਆਂ ਚੋਂ ਨਹਿਰਾਂ ਲੰਘਦੀਆਂ ਨੇ ਉੱਥੇ ਪਾਣੀ ਦੀ ਦਿੱਕਤ ਹੈਗੀ ਐ ਇਸ ਵੇਲੇ ਹਰਦੀਪ ਜੀ ਵੱਡੇ ਵੱਡੇ ਸ਼ਹਿਰ बसे ਹੋਏ ਨੇ ਇਹਨਾਂ ਨਹਿਰਾਂ ਦੇ ਕੰਢਿਆਂ ਤੇ ਇਹਨਾਂ ਦੇ ਨਹਿਰਾਂ ਦੇ ਕੋਲੇ ਕੋਲੇ ਵੱਡੇ ਵੱਡੇ ਸ਼ਹਿਰ बसे ਹੋਏ ਨੇ ਲੇਕਿਨ ਉਹ ਸ਼ਹਿਰਾਂ ਦੀ ਉਹ ਸ਼ਹਿਰਾਂ ਨੂੰ ਉਸ ਨਹਿਰ ਚੋਂ ਪਾਣੀ ਤਾਂ ਕੀ ਦੇਣਾ ਸੀ ਇਨਫੈਕਟ ਉਲਟਾ ਪਤਾ ਨਹੀਂ ਕਿਸ ਨੇ ਸੋਚ ਕੜ ਕਢੀ ਵੀ ਉਹਨਾਂ ਸ਼ਹਿਰਾਂ ਦਾ ਜਿਹੜਾ ਵੇਸਟ ਹੈ ਉਹਨੂੰ ਆਪਾਂ ਕਮਾ ਕੇ ਨਹਿਰਾਂ ਦੇ ਵਿੱਚ ਪਾਇਆ ਸੁੱਟਣਾ ਸ਼ੁਰੂ ਕਰਤਾ ਇਹ ਪਤਾ ਨਹੀਂ ਕਿਹਦੀ ਉਪਜਾਏ ਕਿਹਦੀ ਸੋਚ ਹੈ ਕੌਣ ਲੋਕ ਇਹਦੇ ਪਿੱਛੇ ਰਿਸਪੌਂਸਿਬਲ ਨੇ ਲੁਧਿਆਣਾ ਹੋ ਗਿਆ ਪਟਿਆਲਾ ਹੋ ਗਿਆ ਕਈ ਐਸੇ ਸ਼ਹਿਰ ਨੇ ਜਿੱਥੇ ਮਤਲਬ ਕਿ ਨਹਿਰਾਂ ਦਾ ਜਿਹੜਾ ਪਾਣੀ ਹੈ ਉਹਨੂੰ ਯੂਟਿਲਾਈਜ਼ ਤਾਂ ਕੀ ਕਰਨਾ ਸੀ ਲੇਕਿਨ ਉਹਨੂੰ ਖਰਾਬ ਕਰਨ ਦੇ ਵਿੱਚ ਤੁਸੀਂ ਵੇਸਟ ਜਿਹੜਾ ਹੈ ਉਹ ਨਹਿਰਾਂ ਦੇ ਵਿੱਚ ਛੱਡਿਆ ਜਾ ਰਿਹਾ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਬੁੱਢਾ ਨਾਲੇ ਦਾ ਕੀ ਹਾਲ ਹੈਗਾ ਉਹਨੂੰ ਲੈ ਕੇ ਲਗਾਤਾਰ ਚਿੰਤਾ ਚੱਲ ਰਹੀ ਹੈ ਪਿੱਛੇ ਦੇ ਬਿਆਸ ਦਰਿਆ ਦੇ ਵਿੱਚ ਵੀ ਕੁਝ ਲੋਕਾਂ ਨੇ ਵੇਸਟ ਛੁੱਟਣੀ ਸ਼ੁਰੂ ਕਰ ਦਿੱਤੀ ਸੀ ਉਹ ਉਸੇ ਕਰਕੇ ਨੁਕਸਾਨ ਹੋਇਆ ਜੋ ਸਭ ਜਦੋਂ ਇਹ ਸਾਰੀ ਚੀਜ਼ਾਂ ਦੇਖਦੇ ਆ ਸਮਝਦੇ ਆ ਲੱਗਦਾ ਕਿ ਕਿਤਨੇ ਕਿਤੇ ਤਾਂ ਪੋਲਿਟিক্যাল ਕਾਰਨ ਰਹਿੰਦੇ ਨੇ ਇਸੇ ਕਰਕੇ ਪੰਜਾਬ ਟਾਰਗੇਟ ਹੋ ਰਿਹਾ ਪੋਲਿਟিক্যাল ਕਿਤੇ ਬਾਅਦ ਚ ਆਊਗਾ ਪਹਿਲਾਂ ਇਹ ਦੇਖੀਏ ਵੀ ਆਪਣੀ ਸਟੇਟ 'ਚ ਕੋਈ ਡਿਪਾਰਟਮੈਂਟ ਹੈਗਾ ਕੋਈ ਐਸਾ ਅਫਸਰੀ ਤੰਤਰ ਹੈ ਜੋ ਇਹਨਾਂ ਚੀਜ਼ਾਂ ਨੂੰ ਦੇਖਦਾ ਕੀ ਤੁਹਾਡਾ ਕੰਮ ਸਿਰਫ ਨਹਿਰਾਂ ਪੱਕੀਆਂ ਕਰਨਾ ਜਾਂ ਨਹਿਰਾਂ ਦੇ ਵਿੱਚ ਪਾਣੀ ਨੂੰ ਰੋਕਣਾ ਵਹਾ ਨੂੰ ਕਦੇ ਛੱਡ ਦੇਣਾ ਲੈਵਲ ਜੋ ਪਾਣੀ ਦਾ ਡੈਮਸ ਦੇ ਵਿੱਚ ਹੋ ਗਿਆ ਉਹਨੂੰ ਰੈਗੂਲੇਟ ਕਰਨਾ ਸੀ ਜਾਂ ਕੋਈ ਐਸੀ ਪਾਲਿਸੀ ਵੀ ਕੱਢਣਾ ਸੀ ਵੀ ਪਾਣੀ ਤੋਂ ਮੈਕਸਿਮਮ ਅਸੀਂ ਯੂਜ਼ ਕਿਵੇਂ ਲੈ ਸਕਦੇ ਹਾਂ ਤੇ ਆਪਦੇ ਲੀਡਰਸ਼ਿਪ ਨੂੰ ਜਾਂ ਆਪਦੀ ਸਰਕਾਰਾਂ ਨੂੰ ਉਹਦੇ ਬਾਰੇ ਸੁਜੈਸ਼ਨ ਦੇਣੇ ਸੀਗੇ ਇਹ ਚੀਜ਼ਾਂ ਦੇ ਲਈ ਆਪਣੇ ਕੋਲੇ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਦਾ ਇੱਕ ਬੜਾ ਪ੍ਰਚਲਿਤ ਹੈ ਤੇ ਉਹਦੇ ਲਈ ਪੜ੍ਹਾਈ ਦੇ ਇੰਸਟੀਚਿਊਟ ਵੀ ਬਣੇ ਹੋਏ ਨੇ ਇਹਨਾਂ ਚੀਜ਼ਾਂ ਦੀ ਸਮਝ ਨੂੰ ਸਮਝਣ ਦੇ ਲਈ ਇਹਦੇ ਐਕਸਪਰਟਸ ਨੂੰ ਪ੍ਰੋਡਿਊਸ ਕਰਨ ਦੇ ਲਈ ਆਪਣੇ ਕੋਲੇ ਐਗਰੀਕਲਚਰ ਯੂਨੀਵਰਸਿਟੀਆਂ ਵੀ ਨੇ ਹੋਰ ਚੀਜ਼ਾਂ ਵੀ ਨੇ ਜਿਹੜੀਆਂ ਇਹਦੇ ਨਾਲ ਸੰਬੰਧਿਤ ਨੇ ਕਿਤੇ ਨਾ ਕਿਤੇ ਕਨੈਕਟਡ ਨੇ ਐਕਟ ਵੀ ਬਣੇ ਹੋਏ ਨੇ ਕਨਾਲ ਐਂਡ ਡਰੇਨੇਜ ਐਕਟ ਬਣਿਆ ਹੋਇਆ ਹੈ ਹੋਰ ਨਹਿਰੀ ਮੈਕਮਿਆਂ ਦੇ ਵਾਟਰ ਲਾਜ਼ ਵੀ ਐਕਟ ਬਣੇ ਹੋਏ ਨੇ ਲੇਕਿਨ ਫੇਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਜ਼ਰੂਰ ਰਹੀ ਹੈ ਕਿਉਂਕਿ ਅੱਜ ਜੇ ਦੇਖੀਏ ਪਾਣੀ ਦੀ ਸਮੱਸਿਆ ਹੋ ਗਈ ਹੈ ਪਾਣੀ ਸਾਡੇ ਕੋਲੇ ਅਬੰਡੈਂਸ ਦੇ ਵਿੱਚ ਸੀਗਾ ਕਿਹਨੇ ਵਕਤ ਵੇਲੇ ਵਾਚਿਆ ਨਹੀਂ ਕਿਹਦੀ ਰਿਸਪੌਂਸਿਬਿਲਟੀ ਬਣਦੀ ਸੀ ਹੁਣ ਜਦੋਂ ਇਹ ਸਿਚੁਏਸ਼ਨ ਹੋ ਜਾਂਦੀ ਹੈ ਨਾ ਨੁਕਸਾਨ ਹੋ ਜਾਂਦਾ ਆਪਣਾ ਉਸ ਤੋਂ ਬਾਅਦ ਵੱਡੇ ਵੱਡੇ ਵਿਦਵਾਨ ਜਿਹੜੇ ਆ ਕਿਤਾਬਾਂ ਜ਼ਰੂਰ ਲਿਖ ਦੇਣਗੇ ਕਿਤਾਬਾਂ ਚ ਅਫਸਰशाही ਜਦੋਂ ਕਿਤਾਬਾਂ ਲਿਖਦੀ ਹੈ ਉਹ ਚ ਦੱਸਦੀ ਆ ਬਈ ਉਸ ਸਮੇਂ ਦੇ ਵਿੱਚ ਆਪਦੇ ਜੋ ਮੌਜੂਦਾ ਸਾਡੇ ਸੀਐਮ ਸਾਹਿਬ ਸੀਗੇ ਸਾਡੇ ਜੋ ਮੰਤਰੀ ਜੀ ਸੀਗੇ ਉਹਨਾਂ ਨੂੰ ਅਸੀਂ ਜ਼ਰੂਰ ਇਹ ਸੁਝਾਅ ਦਿੰਤਾ ਤੇ ਆਫਿਸ ਪੋਲਿਟਿਕਸ ਦੇ ਚਲਦੇ ਫਲਾਨੀ ਪੋਲਿਟੀਕਲ ਇਸ਼ੂ ਦੇ ਚਲਦੇ ਸਾਡਾ ਇਹ ਸੁਝਾਓ ਮੰਨਿਆ ਨਹੀਂ ਗਿਆ ਅਸੀਂ ਬੋਲ ਨਹੀਂ ਸਕਦੇ ਅਸੀਂ ਬੋਲ ਨਹੀਂ ਸਕਦੇ ਸੀ ਕਿਉਂਕਿ ਅਸੀਂ ਨੌਕਰੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਬੈਨੀਫਿਟ ਵੀ ਲੈਣੇ ਸੀ ਪੈਨਸ਼ਨ ਆਦਾਂ ਵੀ ਕੰਮ ਸੀਗਾ ਉਹ ਸਾਰੀ ਇਹ ਚੀਜ਼ਾਂ ਬਾਅਦ ਦੇ ਵਿੱਚ ਸਾਹਮਣੇ ਆਉਂਦੀਆਂ ਨੇ ਜੇ ਇਹਨਾਂ ਚੀਜ਼ਾਂ ਨੂੰ ਵਾਚਿਆ ਜਾਵੇ ਤੇ ਜੇ ਜਿਵੇਂ ਇੱਕ ਵਕੀਲ ਦੇ ਰੂਪ ਚ ਮੈਂ ਇਹਨੂੰ ਦੇਖਦਾ ਜਾਂ ਪੰਜਾਬ ਦਾ ਨਾਗਰਿਕ ਹੋਣ ਦੇ ਬਾਰੇ ਸੋਚਦਾ ਫਿਰ ਸੋਚਦਾ ਵੀ ਕਿਤੇ ਨਾ ਕਿਤੇ ਜੋ ਵਿਅਕਤੀ ਆਪਣੀ ਜੌਬ ਦੇ ਦੌਰਾਨ ਆਪਣੀ ਡਿਊਟੀ ਤੋਂ ਕੁਤਾਹੀ ਕਰਦੇ ਨੇ ਹੂੰ ਉਹਨਾਂ ਦੀ ਰਿਟਾਇਰਮੈਂਟਾਂ ਤੋਂ ਬਾਅਦ ਉਹਨਾਂ ਦੇ ਲਈ ਹੋਏ ਬੈਨੀਫਿਟਸ ਤੋਂ ਬਾਅਦ ਜਾਂ ਕੋਈ ਮੰਤਰੀ ਜੇ ਉਹ ਉਸ ਵੇਲੇ ਕਰਪਸ਼ਨ ਕਰ ਦਿੰਦਾ ਤਾਂ ਬਾਅਦ ਚ ਉਹ ਗੱਲਾਂ ਐਕਸਪੋਜ਼ ਹੁੰਦੀਆਂ ਕਿਸੇ ਨਾ ਕਿਸੇ ਤਰੀਕੇ ਵੈਸੇ ਤੁਸੀਂ ਤੁਸੀਂ ਕਾਨੂੰਨੀ ਤੌਰ ਤੇ ਬੜੀਆਂ ਚੀਜ਼ਾਂ ਦੇਖਦੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਇਸ ਸੰਬੰਧੀ ਵੀ ਇੱਕ ਕਾਨੂੰਨ ਬਣ ਜਾਣਾ ਚਾਹੀਦਾ ਹੈ ਕਿ ਜਿਹੜੇ ਲੋਕਾਂ ਨੇ ਪਹਿਲਾਂ ਧੋਖਾ ਕੀਤਾ ਪੰਜਾਬ ਨਾਲ ਜਾਂ ਕਰੋੜਾਂ ਰੁਪਏ ਅੰਦਰ ਕੀਤਾ ਉਹਨਾਂ ਦੀ ਜਾਂਚ ਹੋਵੇ ਉਸੇ ਗੱਲ ਤੇ ਆ ਰਿਹਾ ਹਰਦੀਪ ਜੀ ਇਹੋ ਜਾਂ ਕੋਈ ਕਾਨੂੰਨ ਮੌਜੂਦ ਨਹੀਂ ਹੈ ਜਿਹੜਾ ਕੋਈ ਨਾ ਕੋਈ ਅਕਾਉਂਟੇਬਿਲਟੀ ਸੈੱਟ ਕਰੇ ਵਿ ਜੋ ਗੱਲਾਂ ਜੋ ਮੇਰੀ ਰਿਸਪੌਂਸਿਬਿਲਟੀ ਮੋਰਲ ਐਜ਼ ਐਨ ਆਫੀਸਰ ਜਾਂ ਐਜ਼ ਅ ਡਾਇਰੈਕਟਰ ਆਫ ਸਰਟਨ ਡਿਪਾਰਟਮੈਂਟ ਉਸ ਵੇਲੇ ਬਣਦੀ ਸੀ ਜਿਸ ਸਮੇਂ ਤੋਂ ਇਹ ਲੈਪਸਿਸ ਹੋਣੇ ਸ਼ੁਰੂ ਹੋਏ ਜਿਸ ਸਮੇਂ ਤੋਂ ਇਹ ਨੁਕਸਾਨ ਹੋਣੇ ਸ਼ੁਰੂ ਹੋਏ ਜੋ ਮੇਰੀ ਜ਼ਿੰਮੇਵਾਰੀ ਬਣਦੀ ਸੀ ਉਹਦੇ ਲਈ ਕੋਈ ਨਾ ਕੋਈ ਅਕਾਉਂਟੇਬਿਲਟੀ ਮੇਰੀ ਅੱਜ ਬਣਦੀ ਹੈ ਜੇ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਐਕਸਪੋਜ਼ ਹੋ ਜਾਂਦਾ ਤਾਂ ਇਹ ਜਾਂ ਕੋਈ ਪ੍ਰਾਵਧਾਨ ਹੈ ਨਹੀਂਗਾ ਕੋਈ ਇਹ ਜਾਂ ਲਾਅ ਨਹੀਂ ਬਣਿਆ ਹੋਇਆ ਅੱਛੇ ਤਰੀਕੇ ਦੇ ਨਾਲ ਵੀ ਉਹ ਕੀਤਾ ਜਾਵੇ ਜੇ ਕਿਸੇ ਨੇ ਕਰਪਸ਼ਨ ਦੇ ਚੱਲਦੇ ਜਾਣਬੁੱਝ ਕੇ ਪੰਜਾਬ ਨਾਲ ਦਗਾ ਕਮਾਇਆ ਜਾਣਬੁੱਝ ਕੇ ਪੰਜਾਬ ਨਾਲ ਧੋਖਾ ਕੀਤਾ ਉਸ ਬੰਦੇ ਤੋਂ ਕਿਵੇਂ ਉਹ ਚੀਜ਼ਾਂ ਨੂੰ ਜੋ ਹੈ ਵਾਪਸ ਰਿਕਵਰ ਕੀਤਾ ਜਾ ਸਕਦਾ ਕਿਵੇਂ ਉਹਨੂੰ ਉਸ ਲਈ ਪੁਨਿਸ਼ ਕੀਤਾ ਜਾ ਸਕਦਾ ਲੋ ਦਾ ਇੰਨੇ ਸਟਰੋਂਗ ਹੋਣੇ ਚਾਹੀਦੇ ਕੁਝ ਦੇਸ਼ਾਂ 'ਚ ਹੈਗੇ ਵੀ ਆ ਜੇ ਕੋਈ ਵਿਅਕਤੀ ਇਹ ਜੇ ਗਲਤ ਕੰਮ ਕਰਦਾ ਫੜਾਇਆ ਜਾਂਦਾ ਤਾਂ ਉਹ ਉਹਦੇ ਪਰਿਵਾਰ ਦੇ ਉੱਤੇ ਵੀ ਬੰਦਸ਼ਾ ਲੱਗਦੀਆਂ ਨੇ ਵੀ ਤੁਹਾਨੂੰ ਕਿਉਂਕਿ ਹੁਣ ਆਮ ਤੌਰ ਤੇ ਕੀ ਹੁੰਦਾ ਸਰਕਾਰੀ ਨੌਕਰੀ ਇੱਕ ਤਰੀਕੇ ਦੀ ਜਾਗੀਰ ਹੀ ਬਣੀ ਹੋਈ ਹੈ ਫਾਦਰ ਤੋਂ ਬਾਅਦ ਉਹਦੇ ਬੇਟੇ ਨੂੰ ਹੋਰ ਅੱਗੇ ਦੀ ਅੱਗੇ ਉਹ ਫਿਟ ਕਰਨ ਦੇ ਕਿਉਂਕਿ ਰਿਲੇਸ਼ਨ ਤੇ ਲਿੰਕਸ ਬਣ ਜਾਂਦੇ ਨੇ ਅੱਗੇ ਦੀ ਅੱਗੇ ਉਹਨਾਂ ਨੂੰ ਆਪਾਂ ਆਪਦੇ ਬੱਚਿਆਂ ਨੂੰ ਕੋਸ਼ਿਸ਼ ਕਰਦੇ ਨੇ ਅਫਸਰਾਂ ਨੂੰ ਵੀ ਉਹਨਾਂ ਨੂੰ ਸੈੱਟ ਕਰ ਦਈਏ ਉਹ ਇਹ ਚੀਜ਼ਾਂ ਨੂੰ ਸਮਝ ਕੇ ਸਰਕਾਰਾਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਵੀ ਜਿੱਥੇ ਸਭ ਤੋਂ ਜ਼ਿਆਦਾ ਇੰਪੈਕਟ ਹੁੰਦਾ ਬੰਦੇ ਨੂੰ ਜੋ ਇਸ ਕਲਚਰ ਦੇ ਵਿੱਚ ਲਿੰਪਿਤ ਨੇ ਵੀ ਆਫ ਦੀ ਜੌਬ ਦੇ ਉੱਤੇ ਕੁਤਾਹੀ ਕਰਨੀ ਜਾਂ ਕ੍ਰਪਸ਼ਨ ਕਰਪਸ਼ਨ ਕਰਕੇ ਆਪਦੀ ਸਟੇਟ ਦੇ ਨਾਲ ਦਗਾ ਕਰਾਉਣਾ ਆਪਦੀ ਰਿਸਪਾਂਸਿਬਿਲਟੀ ਨੂੰ ਨਾ ਸਮਝਣਾ ਉਹਨਾਂ ਨੂੰ ਕਿੱਥੇ ਇੰਪੈਕਟ ਹੁੰਦਾ ਜਾਂ ਤਾਂ ਉਹ ਜਿਹੜੀ ਜਾਗੀਰ ਜਾਂ ਉਹਨਾਂ ਨੇ ਪੈਸਾ ਇਕੱਠਾ ਕੀਤਾ ਹੋਇਆ ਉਹਦੇ ਉੱਤੇ ਕਿਤੇ ਨਾ ਕਿਤੇ ਸਰਕਾਰਾਂ ਅਟੈਕ ਕਰਨ ਤੇ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਤਾਂ ਜੋ ਭੂਖ ਦੇ ਵਿੱਚ ਅੱਗੇ ਕੋਈ ਸੋਚੇ ਹੀ ਨਾ ਕਿ ਅਸੀਂ ਪੈਸਾ ਇਕੱਠਾ ਕਰਨਾ ਤੇ ਉਸ ਤੋਂ ਬਾਅਦ ਅਸੀਂ ਉਸ ਹਿਸਾਬ ਨਾਲ ਆਪਣਾ ਵੱਡਾ ਮੁਨਾਫਾ ਖੱਟ ਕੇ ਤੇ ਆਪਣੀ ਅਗਲੀ ਜ਼ਿੰਦਗੀ ਐਸ਼ ਨਾਲ ਜਿਹੜੀ ਜਾਂ ਆਪਣੀ ਪੀੜ੍ਹੀ ਨੂੰ ਅਗਲੀ ਨੂੰ ਐਸ਼ ਕਰਵਾਉਣੀ ਆ ਆਪਾਂ ਦੂਜੀ ਚੀਜ਼ ਵੀ ਇਹੇ ਜਾ ਵਿਅਕਤੀ ਜੋ ਹੈ ਉਹ ਜੇ ਪਾਇਆ ਜਾਂਦਾ ਹੈ ਤਾਂ ਉਹ ਜਿਹੜੀਆਂ ਸਰਕਾਰੀ ਨੌਕਰੀਆਂ ਅੱਗੇ ਦੀ ਅੱਗੇ ਉਹਨਾਂ ਨੇ ਹੋਰ ਆਪਣੇ ਪਰਿਵਾਰਾਂ ਨੂੰ ਹੋਰਾਂ ਨੂੰ ਕੀਤੀਆਂ ਨੇ ਉਹਦੇ ਉੱਤੇ ਵੀ ਕਿਤੇ ਨਾ ਕਿਤੇ ਸ਼ਿਕੰਜਾ ਕੱਸਣਾ ਜਿਹੜਾ ਹੈ ਉਹ ਵੀ ਬੜਾ ਲਾਜ਼ਮੀ ਤੇ ਜ਼ਰੂਰੀ ਹੈ ਜੇ ਇਹ ਜੇ ਸਟ੍ਰਿਕਟ ਲਾਅ ਬਣਨਗੇ ਨਾ ਫੇਰ ਕਿਤੇ ਹੋ ਸਕਦਾ ਵੀ ਲੋਕ ਉਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਗੇ ਉਹਨਾਂ ਚੀਜ਼ਾਂ ਤੋਂ ਪਰੇ ਹੋਣਗੇ ਆਪਣੀ ਜ਼ਿੰਮੇਵਾਰੀ ਨੂੰ ਸਮਝਣਗੇ ਤੇ ਪੰਜਾਬ ਦੇ ਪ੍ਰਤੀ ਆਪਣੀ ਜਿਹੜੀ ਉਹ ਸਰਵਿਸ ਜਿਹੜੀ ਹੈ ਉਹਨਾਂ ਦੀ ਕਰਨੀ ਹੈ ਉਹਦੇ ਪ੍ਰਤੀ ਉਹ ਸincere ਹੋ ਕੇ ਕੰਮ ਕਰਨਗੇ ਇੱਕ ਤੁਸੀਂ ਜ਼ਿਕਰ ਕੀਤਾ ਕਿ ਪਾਣੀ ਦਾ ਵਰਤੋ ਪਾਣੀ ਦੀ ਸਹੀ ਵਰਤੋਂ ਨਹੀਂ ਹੋ ਰਹੀ ਬੇਸ਼ੱਕ ਜੇ ਉਹ ਦਰਿਆਵਾਂ ਦੇ ਜ਼ਰੀਏ ਆ ਵੀ ਰਿਹਾ ਤਾਂ ਉਹਦੀ ਵਰਤੋਂ ਕਿਸ ਤਰੀਕੇ ਨਾਲ ਹੋ ਸਕਦੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਾਂ ਕਿਹੜੀਆਂ ਕਿਹੜੀਆਂ ਸਹੂਲਤਾਂ ਉਹ ਤੋਂ ਲਈਆਂ ਜਾ ਸਕਦੀਆਂ ਜਦੋਂ ਅਸੀਂ ਪਾਣੀ ਦਾ ਜ਼ਿਕਰ ਕਰਦੇ ਆਮ ਤੌਰ ਤੇ ਲੋਕ ਇਹ ਹੀ ਸੋਚਦੇ ਕਿ ਪੀਣ ਨੂੰ ਪਾਣੀ ਵਰਤਿਆ ਜਾਣਾ ਪਰ ਉਹ ਤੋਂ ਇਰੀਗੇਸ਼ਨ ਹੋਣੀ ਹੈ ਖੇਤੀਬਾੜੀ ਦੇ ਲਈ ਵਰਤੇ ਜਾਣਾ ਤੇ ਨਾਲ ਦੇ ਨਾਲ ਇਹ ਵੀ ਹੁੰਦਾ ਕਿ ਪਣ ਬਿਜਲੀ ਦੇ ਪ੍ਰੋਜੈਕਟ ਵੀ ਲੱਗ ਸਕਦੇ ਆ ਤਾਂ ਲੱਗਦਾ ਕਿ ਬਿਜਲੀ ਇੱਕ ਵੱਡੀ ਸਮੱਸਿਆ ਰਿਹਾ ਸਟੇਟ ਪੈਦਾ ਕਰਨ ਨੂੰ ਬਹੁਤ ਸਾਰੇ ਆਪਣੇ ਸਾਸੀ ਲੌਂਦੀਏ ਕੋਲੇ ਦਾ ਇਸਤੇਮਾਲ ਕੀਤਾ ਜਾਂਦਾ ਜਾਂ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਤਾਂ ਉਹਦੇ ਵਿੱਚ ਲੱਗਦਾ ਨਹੀਂ ਕਿ ਹੋਰ ਇਸਤੇਮਾਲ ਵੀ ਕਰਨੇ ਚਾਹੀਦੇ ਨੇ ਬਿਲਕੁਲ ਐਨੀਆਂ ਜਿੰਨੀਆਂ ਨਹਿਰਾਂ ਜਾ ਰਹੀਆਂ ਨੇ ਜੇ ਤੁਸੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਦੇਖਿਆ ਜਾਵੇ ਤਾਂ ਪਾਵਰ ਪ੍ਰੋਜੈਕਟ ਹਾਈਡਰੋ ਪਾਵਰ ਇਹਨਾਂ ਨੂੰ ਕਹਿੰਦੇ ਨੇ ਜਿਹੜੀ ਪਾਣੀ ਦੇ ਥਰੂ ਪਾਵਰ ਜਨਰੇਟ ਕੀਤੀ ਜਾ ਸਕਦੀ ਹੈ ਕਿਉਂਕਿ ਪਾਣੀ ਦਾ ਬਹਾਅ ਤੁਸੀਂ ਆਮ ਤੌਰ ਤੇ ਦੇਖਦੇ ਹੋ ਵੀ ਆਪਣੇ ਡੈਮਸ ਨੇ ਉਹ ਜਿਹੜੇ ਹਿਮਾਚਲ ਦੇ ਨਾਲ ਲੱਗਦੇ ਖੇਤਰ ਉਹਨਾਂ ਏਰੀਆ ਦੇ ਵਿੱਚ ਵੱਡੇ ਵੱਡੇ ਡੈਮਸ ਬਣਿਆ ਆਨੰਦਪੁਰ ਹੋ ਗਿਆ ਉੱਤੋਂ ਉੱਤੋਂ ਜਦੋਂ ਪਾਣੀ ਛੱਡਿਆ ਜਾਂਦਾ ਤਾਂ ਉਹਦਾ ਬਹਾਅ ਬਹੁਤ ਜ਼ਿਆਦਾ ਫਲੋ ਵਿੱਚ ਆਉਂਦਾ ਤੇ ਨਹਿਰਾਂ ਦੇ ਵਿੱਚ ਛੋਟੇ ਛੋਟੇ ਪ੍ਰੋਜੈਕਟ ਐਟ ਲੀਸਟ ਜਿਹੜੇ 10 ਪਿੰਡਾਂ ਨੂੰ 5 ਪਿੰਡਾਂ ਨੂੰ ਐਟ ਲੀਸਟ ਪਾਵਰ ਜਨਰੇਟ ਕਰਨ ਉਹਨਾਂ ਕਾ ਲਾਹਾ ਪਾਣੀ ਤੋਂ ਹੋਰ ਵੀ ਲਿਆ ਜਾ ਸਕਦਾ ਪਰ ਕਿਉਂ ਜੋ ਚੱਲਦਾ ਆ ਰਿਹਾ ਉਸੇ ਸਿਸਟਮ ਨੂੰ ਹੀ ਫੋਲੋ ਕੀਤਾ ਜਾ ਰਿਹਾ ਉਹਦੇ ਵਿੱਚ ਜਿਵੇਂ ਗਲਤੀਆਂ ਵੀ ਚੱਲਦੀ ਆ ਰਹੀਆਂ ਉਹਨਾਂ ਨੂੰ ਵੀ ਬਸ ਜੈਸੇ ਤੈਸੇ ਕਰਕੇ ਮੈਂ ਆਪਣੀ ਸਰਵਿਸ ਦੀ ਡਿਊਰੇਸ਼ਨ ਨੂੰ ਕਿਤੇ ਟਪਾਦਾ ਜੀ ਮੇਰੀ ਸਰਵਿਸ ਦੇ ਦੌਰਾਨ ਕੋਈ ਪੋਲਿਟੀਕਲ ਇਸ਼ੂ ਨਾ ਕ੍ਰੀਏਟ ਹੋਵੇ ਮੈਂ ਜੇ ਕੋਈ ਇਨੋਵੇਟਿਵ ਆਈਡੀਆ ਵੀ ਹੈ ਮੈਂ ਦੱਸਣ ਲੱਗੇ ਰਾਈਟ ਇਹ ਅਪਰੋਚ ਦੇ ਨਾਲ ਕਿਉਂਕਿ ਜੇ ਸਪੈਸੀਫਿਕ ਡਿਪਾਰਟਮੈਂਟ ਹੋਵੇ ਤੁਹਾਡੇ ਕੋਲੇ ਕਿੰਨੇ ਸਾਲ ਹੋ ਗਏ ਉਸ ਡਿਪਾਰਟਮੈਂਟ ਦੇ ਫੇਰ ਵੀ ਜੋ ਜੈਸਾ ਹੈ ਵੈਸੇ ਦਾ ਵੈਸਾ ਹੀ ਚੱਲਦਾ ਆ ਰਿਹਾ ਹਰੇਕ ਨੂੰ ਬਸ ਆਪਣੀ ਨੌਕਰੀ ਕਿਸੇ ਤਰੀਕੇ ਖਾਣਾ ਪੂਰਤੀ ਕਾਗਜ਼ੀ ਕਾਰਵਾਈਆਂ ਕਰਨੀਆਂ ਨੇ ਨੇਰਾ ਹੋ ਗਿਆ ਵੱਤੋ ਵੱਤ ਸਾਫ ਕਰਾਂ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਜ਼ਰੂਰਤਾਂ ਟੈਂਸ਼ਨ ਨਹੀਂ ਹੁੰਦੀਆਂ ਦੇਖੋ ਇੱਕ ਸਿਸਟਮ ਬਣਿਆ ਹੁੰਦਾ ਪਤਾ ਹੁੰਦਾ ਵੀ ਸਾਡੀ ਆ ਡਿਊਟੀ ਆ ਅਸੀਂ ਨੇ ਵਜੇ ਇੱਥੇ ਪਹੁੰਚਣਾ ਆ ਕੰਮ ਕਰਨਾ ਤੇ ਉਹ ਵੀ ਮੈਨੂੰ ਲੱਗਦਾ ਕਿ ਉਹਦੇ ਵਿੱਚ ਵੀ ਦਿੱਕਤ ਰਹਿ ਜਾਂਦੀ ਹਰ ਵਾਰ ਹੁਣੇ ਜੌਬ ਪ੍ਰੋਫਾਈਲ ਜਦੋਂ ਆਰਮ ਪ੍ਰਾਈਵੇਟ ਬੰਦਾ ਜੌਬ ਕਰਦਾ ਤਾਂ ਉਹ ਨੂੰ ਪਤਾ ਹੁੰਦਾ ਵੀ ਮੈਥੋਂ ਆ ਚੀਜ਼ ਜਿਹੜੀ ਐ ਥੋੜ੍ਹ ਤੋਂ ਐਕਸਪੈਕਟ ਕੀਤੀ ਜਾਊਗੀ ਤੇ ਜੇ ਤੁਸੀਂ ਨਹੀਂ ਕਰੋਗੇ ਤਾਂ ਤੁਹਾਡੇ ਖਿਲਾਫ ਆ ਫਲਰਨਾ ਐਕਸ਼ਨ ਹੋ ਜਾਊਗਾ ਲੇਕਿਨ ਕਿਤੇ ਨਾ ਕਿਤੇ ਇਹੋ ਜੀਆਂ ਚੀਜ਼ਾਂ ਵੀ ਆਪਾਂ ਮਤਲਬ ਜੇ ਭਲਾ ਕਰ ਸਕਦੇ ਐ ਸਟੇਟ ਦਾ ਇਸ ਤਰੀਕੇ ਦੇ ਨਾਲ ਸਟੇਟ ਟੂ ਪੀਣ ਵਾਲੇ ਪਾਣੀ ਦੇ ਉਹਦੇ ਲੋਕਾਂ ਨੂੰ ਹੁਣ ਦੇਖੋ ਕਿੰਨਾ ਕੈਂਸਰ ਦਾ ਬਹੁਤ ਵੱਡੇ ਪੈਮਾਨੇ ਤੇ ਉਹ ਹੋ ਗਈ ਹੈ ਤੇ ਕਿਤੇ ਨਾ ਕਿਤੇ ਪਾਣੀ ਰਿਸਪੌਂਸਿਬਲ ਹੈ ਮਤਲਬ ਕਿ ਫਿਰ ਉਹ ਕਿਤੇ ਲੈਪਸਸ ਰਹੇ ਨੇ ਤੁਹਾਡਾ ਇਹ ਇਨਸ਼ੋਰ ਕਰਨ ਦੇ ਵਿੱਚ ਵੀ ਪੀਣ ਵਾਲਾ ਪਾਣੀ ਤੁਹਾਡੀ ਜ਼ਿੰਮੇਵਾਰੀ ਸੀ ਲੋਕਾਂ ਤੱਕ ਸੇ ਬੇਸਿਕ ਨੈਸੈਸਿਟੀ ਹੁੰਦੀ ਹੈ ਜਿਹੜੀਆਂ ਪੀਣ ਵਾਲੀ ਪਾਣੀ ਦੀ ਅਸੀਂ ਗੱਲ ਕਰ ਲਈ ਬਿਲਕੁਲ ਬੇਸ ਹੈਗਾ ਜੇ ਇਹਦੇ ਤੇ ਸਰਕਾਰਾਂ ਦਾ ਧਿਆਨ ਨਹੀਂ ਰਹੂਗਾ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਮਾੜੀ ਗੱਲ ਤਾਂ ਹੋਰ ਕੋਈ ਹੈ ਨਹੀਂ ਹਰ ਪ੍ਰਕਾਰ ਦਾ ਲਾਅ ਬਣਿਆ ਹੋਇਆ ਹਰ ਪ੍ਰਕਾਰ ਦਾ ਡਿਪਾਰਟਮੈਂਟ ਵੀ ਹੈ ਜੇ ਕਿਤੇ ਇਹਦਾ ਨਿਚੋੜ ਕੱਟ ਕੇ ਦੇਖੀਏ ਤਾਂ ਉਹ ਵਿਅਕਤੀ ਜਿਹੜੇ ਇਸ ਡਿਪਾਰਟਮੈਂਟਾਂ ਦੇ ਨਾਲ ਐਸੋਸੀਏਟਿਡ ਨੇ ਉਹਨਾਂ ਦੀ ਸਰਵਿਸ ਦੇ ਦੌਰਾਨ ਖਾਣਾ ਪੂਰਤੀ ਕਰ ਰਹੇ ਨੇ ਉਹ ਆਵਦੀ ਸਰਵਿਸ ਦੇ ਵਿੱਚ ਜਿਉ ਜੈਨੂਅਲੀ ਕੋਈ ਨਾ ਕੋਈ ਕੰਮ ਕੀਤਾ ਜੇ ਉਹ ਵਧੀਆ ਕੋਈ ਕੰਮ ਵੀ ਕਰਦੇ ਨੇ ਜੇ ਹਾਲਾਤ ਪਹਿਲਾਂ ਨਾਲੋਂ ਹੁਣ ਸੁਧਾਰੇ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਐਪਰੀਸ਼ੀਏਸ਼ਨ ਦਾ ਉਹਨਾਂ ਦੀ ਹੋਰ ਫਰਦਰ ਉਹਨਾਂ ਨੂੰ ਕੋਈ ਨਾ ਕੋਈ ਬੈਨੀਫਿਟਸ ਦੇਣ ਦਾ ਪ੍ਰਬੰਧਨ ਵੀ ਹੋਵੇ ਤੇ ਜੇ ਕਿਤੇ ਉਹ ਕਤਾਈ ਕਰਦੇ ਨੇ ਆਪਣੀ ਸਰਵਿਸ ਦੇ ਵਿੱਚ ਤੇ ਉਹਨਾਂ ਦੇ ਖਿਲਾਫ ਕੀ ਐਕਸ਼ਨ ਹੋ ਸਕਦਾ ਕਿਵੇਂ ਉਹ ਦੋ ਨੰਬਰ ਦੇ ਰਾਹੀਂ ਜਾਂ ਗਲਤ ਤਰੀਕਿਆਂ ਨਾਲ ਉਹਨਾਂ ਦੀ ਕ੍ਰੀਏਟ ਕੀਤੀ ਹੋਈ ਵੈਲਥ ਹੈ ਉਹਦੇ ਉੱਤੇ ਅਟੈਕ ਕਰਕੇ ਕਿਵੇਂ ਉਹ ਲੋਕਾਂ ਦੇ ਭਲੇ ਦੇ ਵਿੱਚ ਵਾਪਸ ਲਾਈ ਜਾ ਸਕਦੀ ਹੈ ਉਹ ਰਿਕਵਰ ਕੀਤੀ ਜਾ ਸਕਦੀ ਹੈ ਇਹਦਾ ਕਿਤੇ ਲੈਪਸਿਸ ਆ ਇੱਕ ਜ਼ਿਕਰ ਕਰ ਰਹੇ ਸੀ ਕਿ ਕਾਨੂੰਨਾਂ ਦਾ ਵੀ ਕਾਨੂੰਨ ਵੀ ਹੈਗੇ ਨੇ ਕਾਨੂੰਨਾ ਦੀ ਵਰਤੋਂ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਤੁਹਾਡਾ ਵੀ ਸਿੱਧਾ ਕਿਉਂਕਿ ਤੁਸੀਂ ਐਡਵੋਕੇਟ ਹੋ ਤੇ ਇਸੇ ਕਰਕੇ ਸਿੱਧਾ ਰابطਾ ਰਹਿੰਦਾ ਇਹਨਾਂ ਚੀਜ਼ਾਂ ਦੇ ਨਾਲ ਕਾਨੂੰਨਾ ਨੂੰ ਲੈ ਕੇ ਭਾਰਤ ਦਾ ਹੀ ਅਸੀਂ ਪੰਜਾਬ ਦਾ ਜ਼ਿਕਰ ਤਾਂ ਕਰਦੇ ਕਰਦੇ ਭਾਰਤ ਦਾ ਵੀ ਜ਼ਿਕਰ ਕਰ ਲੀਏ ਕਹਿੰਦੇ ਬਹੁਤ ਸਖਤ ਕਾਨੂੰਨ ਹੈਗੇ ਨੇ ਜਿਹੜੇ ਕਾਨੂੰਨ ਤੇ ਇਹਨਾਂ ਕਾਨੂੰਨਾਂ ਦੇ ਜ਼ਰੀਏ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਹੋ ਸਕਦੀਆਂ ਜਿਹੜੀਆਂ ਲੋਕੀ ਮੰਨਣ ਤਾਂ ਕਈ ਚੀਜ਼ਾਂ ਸੁਧਰ ਸਕਦੀਆਂ ਪਰ ਲੱਗਦਾ ਕਿ ਕਾਨੂੰਨ ਬਣੇ ਤਾਂ ਬਹੁਤ ਨੇ ਸਖਤ ਵੀ ਬਹੁਤ ਨੇ ਪਰ ਜ਼ਮੀਨੀ ਪੱਧਰ ਤੇ ਉਹ ਹਕੀਕੀ ਰੂਪ ਨਹੀਂ ਧਾਰ ਪਾਉਂਦੇ ਜਾਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਆਪਾਂ ਲੂਪ ਹੋਲ ਕੱਢ ਲੈਂਦੇ ਆ ਇਸੇ ਕਰਕੇ ਨੁਕਸਾਨ ਹੋ ਰਿਹਾ ਦੇਖੋ ਕਾਨੂੰਨ ਬਣੇ ਹੋਏ ਨੇ ਪਰ ਬੇਸਿਕਲੀ ਜਿਹੜੇ ਪ੍ਰੋਵੀਜਨਸ ਕਾਨੂੰਨ ਦੇ ਵਰਤੇ ਜਾ ਰਹੇ ਨੇ ਉਹ ਕਿਤੇ ਨਾ ਕਿਤੇ ਜੇ ਤੁਸੀਂ ਮਤਲਬ ਜੋ ਆਪਣੀ ਐਗਰੀਕਲਚਰਲ ਬੈਲਟ ਹੈ ਨਾ ਉਹਦੇ ਵਿੱਚ ਲੋਕਾਂ ਦੇ ਆਪਸੀ ਡਿਸਪਿਊਟ ਨੇ ਮੈਂ ਕੋਈ ਕਨੈਕਸ਼ਨ ਲੈਣਾ ਮੋਟਰ ਦਾ ਮੈਂ ਟਿਊਬਵੈਲ ਦਾ ਕਨੈਕਸ਼ਨ ਲੈਣਾ ਹੈ ਮੈਂ ਪਾਣੀ ਦੀ ਜੋ ਹੈ ਨਿਕਾਸੀ ਦਾ ਬੋਰ ਲੈਣਾ ਉਹਦੇ ਮੁਤਾਬਿਕ ਹੀ ਜਿਹੜੇ ਲਿਟੀਗੇਸ਼ਨ ਆ ਆਪਸੀ ਲੋਕਾਂ ਦੇ ਵਿੱਚ ਚੱਲ ਰਹੀਆਂ ਨੇ ਸਰਕਾਰਾਂ ਵੱਲੋਂ ਮਤਲਬ ਪ੍ਰੋਪਰ ਤਰੀਕੇ ਨਾਲ ਪਾਣੀ ਦੀ ਇੰਪਲੀਮੈਂਟੇਸ਼ਨ ਡਿਪਾਰਟਮੈਂਟ ਦੇ ਥਰੂ ਜਿਹੜੇ ਨਵੇਂ ਆ ਇਨੋਵੇਸ਼ਨਸ ਕਰਾਉਣੀਆਂ ਨੇ ਪਾਣੀ ਦਾ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਯੂਜ਼ ਕੀਤਾ ਜਾਵੇ ਜਾਂ ਪਾਣੀ ਦਾ ਜੋ ਨੁਕਸਾਨ ਕੀਤਾ ਜਾ ਰਿਹਾ ਇੰਡਸਟਰੀਅਲ 벨ਟ ਵੱਲੋਂ ਜਿੱਥੇ ਇੰਡਸਟਰੀਆਂ ਆਫ ਦਾ ਵੇਸਟ ਮਟੀਰੀਅਲ ਪਾਣੀ ਚ ਛੱਡ ਰਹੀਆਂ ਨੇ ਜਾਂ ਜੇ ਸ਼ਹਿਰੀ ਲੋਕ ਨੇ ਤੇ ਸ਼ਹਿਰਾਂ ਦਾ ਜੋ ਵੇਸਟ ਹੈ ਉਹ ਨਹਿਰਾਂ ਦੇ ਵਿੱਚ ਆ ਰਿਹਾ ਹੈ ਇਹ ਇਹਦੇ ਖਿਲਾਫ ਐਕਸ਼ਨ ਜਿਹੜਾ ਵੱਡੇ ਪੇਮਾਨੇ ਤੇ ਕਿਉਂਕਿ ਸ਼ਹਿਰਾਂ ਦਾ ਵੇਸਟ ਜਿਆ ਹੁੰਦਾ ਤਾਂ ਕਿਤੇ ਨਾ ਕਿਤੇ ਮਿਊਨਿਸਪਲ ਕਾਰਪੋਰੇਸ਼ਨਾਂ ਜਿਹੜੀਆਂ ਨੇ ਉਹ ਸ਼ਹਿਰ ਦੀਆਂ ਉਹ ਰਿਸਪੌਂਸਿਬਲ ਨੇ ਡਿਸਪਿਊਟ ਮਿਊਨਿਸਪਲ ਕਾਰਪੋਰੇਸ਼ਨ ਤੇ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਹੁੰਦਾ ਜਿਹੜੇ ਐਕਟਿਵ ਲਾਅ ਬਣੇ ਹੋਏ ਨੇ ਉਹ ਆਮ ਪ੍ਰਾਈਵੇਟ ਲੋਕਾਂ ਦੇ ਵਿੱਚ ਜਿਹੜੇ ਵਾਟਰ ਡਿਸਪਿਊਟ ਚੱਲਦੇ ਨੇ ਉਹ ਡਿਸਪਿਊਟਸ ਨੇ ਜਾਂ ਆਮ ਵਿਅਕਤੀ ਵਾਟਰ ਇਰੀਗੇਸ਼ਨ ਡਿਪਾਰਟਮੈਂਟ ਤੋਂ ਪਰਮਿਸ਼ਨ ਲੈਣੀ ਚਾਹੁੰਦਾ ਹੈ ਜਾਂ ਕਿਤੇ ਵਾਟਰ ਦਾ ਕਨੈਕਸ਼ਨ ਲੈਣਾ ਚਾਹੁੰਦਾ ਹੈ ਉਹ ਜਿਹੇ ਛੋਟੇ ਮੋਟੇ ਡਿਸਪਿਊਟ ਨੇ ਜੋ ਨਹੀਂ ਹੋਣੇ ਚਾਹੀਦੇ ਵੱਡੇ ਡਿਸਪਿਊਟ ਜਿਹੜੇ ਕਿਤੇ ਗਲਤ ਕੰਮ ਹੋ ਰਿਹਾ ਕੋਈ ਇੰਡਸਟਰੀ ਦੇ ਖਿਲਾਫ ਕੀ ਐਕਸ਼ਨ ਲਿਆ ਨਹਿਰੀ ਡਿਪਾਰਟਮੈਂਟ ਨੇ ਇਹ ਵੀ ਕਦੇ ਕੋਈ ਵੱਡੀ ਖਬਰ ਜੈ ਇਹਦਾ ਕੋਈ ਵੱਡਾ ਐਕਸ਼ਨ ਸਾਹਮਣੇ ਨਹੀਂ ਆਉਂਦਾ ਕਿਤੇ ਨਾ ਕਿਤੇ ਜੋ ਨਹਿਰੀ ਵਿਭਾਗ ਦੇ ਇਨਸਪੈਕਟਰ ਨੇ ਜਾਂ ਤਾਂ ਉਹ ਕਿਤੇ ਜੋ ਕ腐ਸ਼ਨ ਦੇ ਚੱਲਦੇ ਹੋ ਸਕਦਾ ਵੀ ਉਹ ਖਲਾਤ ਜਿਹੜੇ ਨੇ ਉਹ ਸਾਹਮਣੇ ਨਹੀਂ ਆਉਂਦੀ ਉਹ ਚੀਜ਼ਾਂ ਬਈ ਜੇ ਤੁ ਆਪਾਂ ਗੱਲ ਕਰਦੇ ਵਕ ਵਕ ਮਸਲਿਆਂ ਨੂੰ ਹੁਣ ਆਪਾਂ ਥੋੜਾ ਜਿਹਾ ਦੂਜੇ ਪਾਸੇ ਆਈਏ ਪਾਣੀ ਵਾਲਾ ਮਸਲੇ ਤੇ ਬੜੀ ਗੰਭੀਰ ਚਰਚਾ ਹੈ ਬੜਾ ਲੰਮਾ ਵਿਸ਼ਾ ਹੈਗਾ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੋਰ ਵੀ ਹੋ ਸਕਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਨਹੀਂ ਕੀਤੀਆਂ ਇਹ ਬੜੀ ਦਿੱਕਤ ਦੀ ਗੱਲ ਹੈ ਜਦੋਂ ਆਪਾਂ ਹੁਣ ਦੂਸਰੇ ਪਾਸੇ ਆਈਏ ਐਨਡੀਪੀਆ ਸੈਕਟਰ ਦਾ ਗੱਲ ਕਰ ਲਈਏ ਕਹਿੰਦੇ ਅਦਾਲਤਾਂ ਚੋਕ ਹੋਈਆਂ ਪਈਆਂ ਬਹੁਤ ਸਾਰੇ ਹੋਰ ਵੀ ਕੇਸਸ ਆ ਰਹੇ ਨੇ ਜਦੋਂ ਤੁਸੀਂ ਅਦਾਲਤਾਂ ਚ ਵਿਚਰਦੇ ਹੋ ਸਭ ਤੋਂ ਜ਼ਿਆਦਾ ਕੇਸ ਕਿਦਾਂ ਦੇ ਨਜ਼ਰ ਆ ਰਹੇ ਨੇ ਇਸ ਵੇ ਦੇਖੋ ਐਂਡੀਪੀਐਸ ਜੋ ਹੈ ਡਰਗ ਰਿਲੇਟਡ ਜੋ ਹੈ ਉਹਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਜੋ ਹੈ ਇਹ ਚੀਜ਼ ਫੈਲ ਚੁੱਕੀ ਹੈ ਪੰਜਾਬ ਦੇ ਵਿੱਚ ਇਹ ਕਨਸਿਸਟੈਂਟ ਹੀ ਹੈ ਤੇ ਇਹ ਕੋਈ ਹੁਣ ਸਪੈਸਿਫਿਕ ਏਰੀਆ ਨਹੀਂ ਰਹਿ ਗਿਆ ਵੀ ਕੋਈ ਪਹਿਲਾਂ ਕਿਹਾ ਜਾਂਦਾ ਸੀ ਵੀ ਬਾਰਡਰ ਦੇ ਨੇੜਲੇ ਜਿਹੜੇ ਇਲਾਕੇ ਨੇ ਫਾਜ਼ਿਲਕਾ ਬੈਲਟ ਹੋ ਗਈ ਫਿਰੋਜ਼ਪੁਰ ਹੋ ਗਿਆ ਅੰਬਰਸਰ ਹੋ ਗਿਆ ਇਹ ਏਰੀਏ ਨੇ ਕਿਤੇ ਇਹਨਾਂ ਦੇ ਵਿੱਚ ਜੋ ਹੈ ਐਂਡੀਪੀਐਸ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਸੀ ਹੁਣ ਐਂਡੀਪੀਐਸ ਜੋ ਹੈ ਤੁਸੀਂ ਕਿਤੇ ਵੀ ਦੇਖ ਲਓ ਛੋਟੇ ਛੋਟੇ ਪਿੰਡਾਂ ਤੋਂ ਲੈ ਕੇ ਵੱਡੇ ਵੱਡੇ ਸ਼ਹਿਰਾਂ ਤੱਕ ਚਾਹੇ ਉਹ ਇੰਟੀਰੀਅਰਸ ਆਫ ਪੰਜਾਬ ਵੀ ਹੋਵੇ ਨਾ ਤਾਂ ਹਰ ਜਗ੍ਹਾ ਦੇ ਵਿੱਚ ਹਰ ਥਾਣੇ ਦੇ ਵਿੱਚ ਇਹ ਪ੍ਰੋਬਲਮ ਹੈ ਐਂਡੀਪੀਐਸ ਦੇ ਬੱਚੇ ਨੇ ਇਤਨਾ ਕਿਤੇ ਇਸ ਲਾਅ ਦੇ ਵਿੱਚ ਹੁਣ ਜੈਨੂਨ ਵੀ ਬਹੁਤ ਵੱਡੇ ਪੈਮਾਨੇ ਤੇ ਮਹਿੰਗੀਆਂ ਮਹਿੰਗੀਆਂ ਡਰੱਗਸ ਕਿਤੇ ਕਿਤੇ ਸੁਣਦਾ ਵੀ 200 ਕਰੋੜ ਦਾ ਫਲਾਨਾ ਹੀਰੋਇਨ ਜੋ ਐਕਸਪੈਂਸਿਵ ਡਰੱਗਸ ਨੇ ਉਹੇ ਜਿਹੇ ਡਰੱਗਸ ਵੀ ਵੱਡੇ ਪੈਮਾਨੇ ਤੇ ਜਿਹੜੀਆਂ ਆ ਉਹਨਾਂ ਦੀਆ ਰਿਕਵਰੀ ਦੀਆ ਉਹਨਾਂ ਦੀਆ ਪਕੜਦੀਆਂ ਗੱਲਾਂ ਆਉਂਦੀਆਂ ਨੇ ਜੇ ਆਪਾਂ ਦੇਖਿਆ ਜਾਵੇ ਪਕੜ ਤਾਂ ਫਿਰ 10% ਦੀ ਹੋ ਰਹੀ ਹੈ ਕਿੱਡੇ ਵੱਡੇ ਪੈਮਾਨੇ ਤੇ ਚੀਜ਼ ਹੈਗੀ ਹੈ ਜਿਹੜੀ ਆਲ ਆਊਟ ਮਤਲਬ ਕਿ ਜੋ ਪਕੜ ਚ ਨਹੀਂ ਆਉਂਦੀ ਜਗ੍ਰਫਤ ਚ ਨਹੀਂ ਆਉਂਦੀ ਤੇ ਜੇ ਇੰਨੇ ਨਹੀਂ ਵੱਡੀ ਕੁਆਂਟੀਟੀ ਦੇ ਵਿੱਚ ਡਰਗ ਆ ਰਿਹਾ ਤਾਂ ਕਿਤੇ ਨਾ ਕਿਤੇ ਉਹਦੀ ਲਾਗਤ ਵੀ ਹੋਊਗੀ ਹਾ ਉਸ ਹਿਸਾਬ ਨਾਲ ਹੋਊਗੀ ਤੇ ਇਹ ਬਹੁਤ ਚਿੰਤਾ ਦਾ ਵਿਸ਼ੇ ਹੈ ਲੇਕਿਨ ਕਿਤੇ ਨਾ ਕਿਤੇ ਐ ਲੱਗਦਾ ਵੀ ਏਸ ਨੂੰ ਵੀ ਰੋਕਣ ਦੇ ਲਈ ਜਿਹੜੀ ਪੋਲਿਟੀਕਲ ਵਿਲ ਪਾਵਰ ਹੈ ਉਹ ਕਿਤੇ ਲੈਪਸ ਕਰ ਗਈ ਹੈ ਤੇ ਉਹਦੇ ਵਿੱਚ ਮੇਜਰ ਜਿਹੜਾ ਰੋਲ ਰਿਹਾ ਹੈ ਉਹ ਪੋਲੀਟੀਕਲੀ ਉਹ ਐਗਜ਼ੀਕਿਊਟਿਵ ਦਾ ਜਿਹਨੇ ਇੰਪਲੀਮੈਂਟ ਕਰਾਉਣਾ ਸੀ ਉਹ ਲਾ ਕਿਤੇ ਨਾ ਕਿਤੇ ਪੁਲਿਸ ਡਿਪਾਰਟਮੈਂਟ ਦੇ ਉੱਤੇ ਐਸੇ ਦਬਾਅ ਜਾਂ ਇਹ ਜਾਂ ਮਾਹੌਲ ਰਿਹਾ ਵੀ ਉਹਨਾਂ ਨੇ ਇਹਨੂੰ ਰੋਕਣ ਦੀ ਬਜਾਏ ਇਹਨੂੰ ਇੱਕ ਕੀਤਾ ਜਾਂ ਇਹ ਦੇ ਵਿੱਚ ਇਨਵੋਲਵਮੈਂਟ ਕਰ ਲਈ ਹੈ ਕਿਉਂਕਿ ਆਮ ਤੌਰ ਤੇ ਸੁਣਦਿਆਂ ਵੀ ਹਰੇਕ ਪੋਸਟਿੰਗ ਦਾ ਇੱਕ ਪਰਟੀਕੂਲਰ ਰੇਟ ਰੱਖਿਆ ਹੋਇਆ ਵੀ ਜੇ ਤੁਸੀਂ ਉਸ ਇਲਾਕੇ ਚ ਪੋਸਟਿੰਗ ਲੈਣੀ ਹੈ ਤਾਂ ਆ ਤੁਹਾਡਾ ਜੋ ਹੈ ਰੇਟ ਰਹੂਗਾ ਇਹ ਬੜੇ ਸਵਾਲ ਰਹੇ ਨੇ ਕਿ ਐਸਐਸਪੀ ਮੋਹਾਲੀ ਦਾ ਲੱਗਣਾ ਤਾਂ ਇੰਨੇ ਕਰੋੜ ਹਰੇਕ ਵੱਡੇ ਵੱਡੇ ਏਰੀਏ ਦਾ ਹੁਣ ਰਾਜਪੁਰਾ ਹੋ ਗਿਆ ਹੋਰ ਹੋ ਗਿਆ ਬੜੇ ਲਿਊਕ੍ਰੇਟਿਵ ਪੋਸਟਾਂ ਨੇ ਪੋਜੀਸ਼ਨਾਂ ਨੇ ਜਿੱਥੇ ਜੇ ਕਿਸੇ ਪੁਲਿਸ ਅਫਸਰਾਂ ਨੇ ਪਹੁੰਚਣਾ ਹੈ ਉੱਥੇ ਲੱਗਣਾ ਤਾਂ ਉਹਦੇ ਲਈ ਕੋਈ ਨਾ ਕੋਈ ਸਰਟਨ ਰੇਟ ਹੈ ਹੁਣ ਜੇ ਉਹ ਰੇਟਸ ਲੱਖਸ ਦੇ ਵਿੱਚ ਜਾਂ ਕਰੋੜਾਂ ਦੇ ਵਿੱਚ ਨੇ ਤਾਂ ਉਹ ਸੈਲਰੀ ਦੇ ਵਿੱਚ ਉਹਦਾ ਪੇ ਕਰਨਾ ਬੜਾ ਮੁਸ਼ਕਿਲ ਹੈ ਤੇ ਨਾ ਹੀ ਕੋਈ ਹੋਰ ਕੀਤਾ ਐਸਾ ਹੈ ਜਿਹਦੇ ਰਾਹੀ ਇਹ ਕੀਤਾ ਜਾ ਸਕਦਾ ਤਾਂ ਫਿਰ ਅਲਟੀਮੇਟਲੀ ਇਹ ਜੀ ਜੀ ਚੀਜ਼ ਹੈ ਉਹ ਇਹ ਹੀ ਇੱਕ profession ਐਸਾ ਹੈ ਤੇ ਇਹ ਹੀ ਇੱਕ ਧੰਦਾ ਐਸਾ ਹੈ ਜੇ ਜੋ ਕਹਿੰਦੇ ਨਾ ਬਾੜ ਖੇਤ ਨੂੰ ਖਾਣ ਲੱਗੀ ہوئی ਹੈ ਤਾਂ ਬਾੜ ਜਦੋਂ ਇਹਦੇ ਨਾਲ ਜੁੜ ਜਾਂਦੀ ਹੈ ਤਾਂ ਉਹਨਾਂ ਦੇ ਲਈ ਉਹ ਪਾਰਟिकुलर ਟਾਈਮਲੀ ਉਹ ਬਾੜ ਲਈ ਤਾਂ ਜੋ ਜ਼ਰੂਰ ਕੰਮ ਅਸਰ ਹੋ ਜਾਂਦਾ ਹੈ ਪੋਸਟਿੰਗਾਂ ਲੈਣੀਆਂ ਪ੍ਰਮੋਸ਼ਨਲ ਲੈਣੀਆਂ ਜੋ ਚਾਹਣਿਓ ਤੁਸੀਂ ਤੁਹਾਡਾ ਹੱਲ ਕਰ ਦੇਣਾ ਤੇ ਲੇਕਿਨ ਜੋ ਖੇਤ ਦਾ ਹਾਲ ਹੋ ਰਿਹਾ ਜੋ ਪੰਜਾਬ ਦਾ ਹਾਲ ਹੋ ਰਿਹਾ ਉਹ ਫਿਰ ਆਪਾਂ ਸਭ ਦੁਨੀਆ ਦੇਖ ਰਹੀ ਹੈ ਇਸੇ ਇਸੇ ਲਈ ਇੱਕ ਵੱਡੀ ਮੇਜਰ ਗੱਲ ਹੋਰ ਵੀ ਮੈਂ ਤੁਹਾਨੂੰ ਦੱਸਾਂ ਜਿੰਨੇ ਅਫਸਰਾਂ ਨੇ ਅੱਜ ਤੁਸੀਂ ਜਾਂਚ ਕਰਾ ਲਓ ਇਹ ਗੱਲਾਂ ਕਈ ਵਾਰ ਪਹਿਲਾਂ ਵੀ ਉੱਠੀਆਂ ਨੇ ਕਿਉਂਕਿ ਅਫਸਰਾਂ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਕੀ ਕਰਾਇਆ ਜਾ ਰਿਹਾ ਹੈ ਜਾਂ ਕੀ ਸਾਨੂੰ ਮਜਬੂਰਨ ਕਰਨਾ ਪੈ ਰਿਹਾ ਕਿਉਂਕਿ ਅਸੀਂ ਪੋਸਟਿੰਗ ਲੈਣੀ ਹੈ ਰੁਪਈਆ ਚਾਹੀਦਾ ਰੁਪਈਆ ਚਾਹੀਦਾ ਤਾਂ ਸਾਨੂੰ ਉਧਰ ਅੱਖਾਂ ਕਿਸੇ ਪਾਸੇ ਬੰਦ ਕਰਨੀਆਂ ਪੈਣਗੀਆਂ ਸਾਰੇ ਅਫਸਰਾਂਾਂ ਦੇ ਬੱਚੇ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਸੈੱਟ ਨੇ ਸਾਰੇ ਅਫਸਰਾਂ ਨੇ ਉਹ ਵੀ ਰਿਟਾਇਰਮੈਂਟ ਤੋਂ ਬਾਅਦ ਆਪ ਦਾ ਉੱਥੇ ਦਾ ਪਹਿਲੇ ਹੀ ਗ੍ਰੀਨ ਕਾਰਡ ਲਈ ਆਪਦੀ ਤਿਆਰੀਆਂ ਕਰੀ ਬੈਠੇ ਨੇ ਛੁੱਟੀਆਂ 'ਚ ਜਾਂਦੇ ਨੇ ਆਪਦੀ ਖਾਣਾ ਪੂਰਤੀ ਜਿਹੜੀ ਵਿਦੇਸ਼ 'ਚ ਗ੍ਰੀਨ ਕਾਰਡ ਲੈਣ ਲਈ ਜਿੰਨੀ ਕੁ ਰਿਕੁਆਇਰਮੈਂਟ ਹੈ ਉਹ ਕੋਸ਼ਿਸ਼ਾਂ ਕਰਦੇ ਨੇ ਉੱਥੇ ਜਾ ਕੇ ਰਹਿ ਕੇ ਆਉਂਦੇ ਨੇ ਟਾਈਮ ਲਾ ਕੇ ਆਉਂਦੇ ਨੇ ਚਾਹੇ ਇੱਥੇ ਅਨਪੇਡ ਲੀਵ ਲੈ ਕੇ ਜਾਣ ਜੇ ਮਰਜੀ ਆਪਦੇ ਆਪ ਨੂੰ ਮਤਲਬ ਇੱਥੋਂ ਉਹ ਲੈ ਕੇ ਜਾ ਰਹੇ ਨੇ ਇਸ ਚੀਜ਼ ਦੇ ਲਈ ਜਦੋਂ ਤੁਸੀਂ ਆਪਣੀ ਸਰਵਿਸ ਦੇ ਵਿੱਚ ਫੇਰ ਉਹੀ ਗੱਲ ਹੈ ਵੀ ਲਾਅ ਹੈ ਲਾਅ ਐਗਜ਼ਿਸਟਿੰਗ ਹੈ ਐਂਡੀਪੀਐਸ ਦੇ ਮਤਲਬ ਜੇ ਕੋਈ ਫੜਾਇਆ ਜਾਂਦਾ ਜੇ ਕੋਈ ਪੁਲਿਸ ਵਾਲਾ ਵੀ ਫੜਾਇਆ ਜਾਂਦਾ ਜਾਂ ਇਸ ਲਾਅ ਦੀ ਦੁਰਵਰਤੋਂ ਕਰਦਾ ਵੀ ਕੋਈ ਫੜਾਇਆ ਜਾਂਦਾ ਸਭ ਦੇ ਖਿਲਾਫ ਐਕਸ਼ਨ ਹੋ ਰਿਹਾ ਹੈ ਲੇਕਿਨ ਜੋ ਅੱਜ ਮੈਂ ਸਮਝਦਾ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਕਮੀ ਹੈ ਉਹ ਹੈ ਵੀ ਜਦੋਂ ਇਹ ਚੀਜ਼ਾਂ ਐਕਸਪੋਜ਼ ਹੁੰਦੀਆਂ ਨੇ ਬਾਏ ਦ ਟਾਈਮ ਜੋ ਸਮੇਂ ਦਾ ਐਸਪੀਸੀ ਜੋ ਉਸ ਸਮੇਂ ਦਾ ਡੀਐਸਪੀਸੀ ਜੋ ਉਸ ਥਾਣੇ ਦਾ ਐਸਐਚਓ ਸੀਗਾ ਜਦੋਂ ਇਹ ਗੱਲਾਂ ਬਾਹਰ ਆਉਂਦੀਆਂ ਨੇ ਉਸ ਟਾਈਮ ਤੇ ਉਹ ਬੰਦਾ ਰਿਟਾਇਰ ਹੋ ਚੁੱਕਿਆ ਹੁੰਦਾ ਉਹਦੇ ਖਿਲਾਫ ਅਸੀਂ ਕੀ ਐਕਸ਼ਨ ਲੈ ਰਹੇ ਆ ਕੀ ਕੋਈ ਲਾਅ ਹੈ ਉਸ ਟਾਈਮ ਉਹ ਤਾਂ ਐਕਸ਼ਨ ਲੈਣ ਦੇ ਲਈ ਤੇ ਹੁਣ ਇੱਕ ਹੋਰ ਸਮੱਸਿਆ ਆ ਰਹੀ ਹੈ ਵੀ ਉਹ ਰਿਟਾਇਰਮੈਂਟ ਤੋਂ ਬਾਅਦ ਉਹ ਬਣਿਆ ਵੀ ਵਿਦੇਸ਼ੀ ਨਾਗਰਿਕ ਹੋਊਗਾ ਤੇ ਉਹਦੇ ਲਈ ਵੀ ਕੀ ਸਰਕਾਰ ਅੱਜ ਦੀ ਡੇਟ 'ਚ ਸੰਜੀਦਗੀ ਨਾਲ ਸੋਚ ਰਹੀਆਂ ਨੇ ਕਿ ਨਹੀਂ ਸੋਚ ਰਹੀਆਂ ਉਹ ਵਿਅਕਤੀ ਦੀ ਅਕਾਉਂਟੇਬਿਲਟੀ ਦੇ ਲਈ ਕੁਝ ਕੀਤਾ ਜਾ ਰਿਹਾ ਕਿ ਨਹੀਂ ਕੀਤਾ ਜਾ ਰਿਹਾ ਅੱਜ ਇਹ ਵਾਚਣ ਦੀ ਲੋੜ ਆਰਗੇਨਾਈਜ਼ਡ ਕਰਾਈਮ ਹੋ ਗਿਆ ਜਿਹਦੇ ਵਿੱਚ ਆਪਾਂ ਕਹਿ ਸਕਦੇ ਨੇ ਕਿ ਵੱਡੇ ਪੱਧਰ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸ਼ਾਮਿਲ ਹੋ ਗਏ ਤੇ ਇਸੇ ਕਰਕੇ ਬਹੁਤ ਸਾਰੇ ਮਸਲੇ ਜਿਹੜੇ ਅਸੀਂ ਕਹਿ ਸਕਦੇ ਕਿ ਹੱਲ ਨਹੀਂ ਹੋ ਰਹੇ ਜੇ ਅਸੀਂ ਇਹਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਇਹ ਸਵਾਲ ਨਸ਼ੇ ਨਾਲ ਜਦੋਂ ਜੁੜਦਾ ਨਾ ਤਾਂ ਲੋਕਾਂ ਦੇ ਧਿਆਨ ਦੇ ਵਿੱਚ ਇਹ ਹੁੰਦਾ ਕਿ ਇੱਥੇ ਤਾਂ ਮੁੰਡਾ ਨਸ਼ੇ 'ਚ ਪੈ ਜਾਊਗਾ ਇਹ ਤੋਂ ਚੰਗਾ ਇਹਨੂੰ ਵਿਦੇਸ਼ ਭੇਜ ਦੋ ਇੱਕ ਵੱਡਾ ਮੇਜਰ ਕਾਰਨ ਇਹ ਵੀ ਬਣਦਾ ਜਾ ਰਿਹਾ ਅੱਜ ਕੱਲ ਦੇ ਵਿੱਚ ਮੇਜਰ ਕਾਰਨ ਸਰ ਅਸਲ ਚ ਕੱਲਾ ਨਸ਼ਾ ਹੀ ਨਹੀਂ ਹੈਗਾ ਅ ਨਸ਼ੇ ਤੋਂ ਇਲਾਵਾ ਜੋ ਪੰਜਾਬ ਦੇ ਕ੍ਰਾਈਮ ਦੇ ਰਿਲੇਟਿਡ ਜਿਹੜੇ ਹਾਲਾਤ ਰਹੇ ਨੇ ਹੁਣ ਤੁਸੀਂ ਐਗਰੀਕਲਚਰ ਦੇ ਵਿੱਚ ਜੋ ਕਲਚਰ ਰਿਹਾ ਵੀ ਜਾਂ ਤਾਂ ਤੁਸੀਂ ਬਹੁਤ ਵੱਡੇ ਜ਼ਿਮੀਦਾਰੋਂ ਜਾਂ ਤੁਸੀਂ ਮਤਲਬ ਕਿ ਅਵਦਾ ਸਰਵਾਈਵਲ ਵੀ ਤੁਹਾਡਾ ਬੜਾ ਮੁਸ਼ਕਿਲ ਹੈ ਤੇ ਹੌਲੀ ਹੌਲੀ ਕਿਤੇ ਨਾ ਕਿਤੇ এডਿਕੇਸ਼ਨ ਰਿਸਪਾਂਸਿਬਲ ਹੈ ਕਿਤੇ ਨਾ ਕਿਤੇ ਕਲਚਰ ਵੀ ਰਿਸਪਾਂਸਿਬਲ ਹੈ ਵੀ ਨੌਜਵਾਨ ਪੀੜ੍ਹੀ ਖੇਤੀਬਾੜੀ ਕਰਨਾ ਵੀ ਨਹੀਂ ਚਾਹੁੰਦੀ ਜਿਉ ਮਾਰਜਨਲ ਜਾਂ ਸਮਾਲ ਫਾਰਮਰ ਹੈ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ ਇਸ ਕਿਤੇ ਦੇ ਵਿੱਚ ਉਹ ਥੋੜੀ ਬਹੁਤ ਜਿਹੜੀ ਜ਼ਮੀਨ ਹੈ ਉਹਨੂੰ ਜਾਂ ਤਾਂ ਉਹਦੀ ਲਿਮਟ ਕਰੀਏਟ ਕਰਕੇ ਵਿਦੇਸ਼ ਜਾ ਕੇ ਕੋਈ ਨਾ ਕੋਈ ਉੱਥੇ ਚਾਹੇ ਛੋਟੀ-ਬੋਟੀ ਜੌਬ ਕਰ ਲੈਣਗੇ ਪਰ ਉਹ ਖੇਤੀ ਦੇ ਵਿੱਚ ਮਿਹਨਤ ਨਹੀਂ ਕਰਨਾ ਚਾਹੁੰਦੇ ਉਹਦੇ ਲਈ ਕਿਉਂਕਿ ਖੇਤੀ ਕਿਤੇ ਨਾ ਕਿਤੇ ਇਨਸਿਕਿਉਰ ਕਾਸ਼ ਦਾ ਸੌਦਾ ਬਣਾ ਦਿੱਤਾ ਗਿਆ। ਘਾਟੇ ਦਾ ਸੌਦਾ ਵੀ ਬਣ ਗਿਆ ਹੈ। ਹਾਲਾਂਕਿ ਜੇ ਪੂਰੇ ਇੰਡੀਆ ਦਾ ਜੀਓਗ੍ਰਾਫੀਕਲ ਦੇਖਿਆ ਜਾਵੇ ਤਾਂ ਐਗਰੀਕਲਚਰ ਜਿਹੜਾ ਕੀਤਾ ਹੈ ਸਭ ਤੋਂ ਜ਼ਿਆਦਾ ਫਿੱਟ ਪੰਜਾਬ ਦੇ ਲਈ ਬਹਿੰਦਾ। ਤੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਸੀ ਵੀ ਇਹ ਜਦੋਂ ਆਪਣੇ ਦੇਸ਼ ਦਾ ਫੂਡ ਬੈਂਕ ਹੈ ਤੇ ਇਸ ਤੋਂ ਪੂਰੇ ਦੇਸ਼ ਦੀ ਕੀ ਪੂਰੀ ਮਤਲਬ ਵਿਸ਼ਵ ਦੀ ਵੀ ਜ਼ਰੂਰਤਾਂ ਪੂਰੀਆਂ ਖਾਣੇ ਦੀਆਂ ਕੀਤੀਆਂ ਜਾ ਸਕਦੀਆਂ ਨੇ। ਇੱਧਰ ਫੇਰ ਉਹੀ ਉਹ ਲੈਪਸਿਸ ਰਹੇ ਨੇ ਐਗਰੀਕਲਚਰ ਯੂਨੀਵਰਸਿਟੀ ਆਦਿ ਹੈਗੀਆਂ ਨੇ। ਪਰ ਕਿਤੇ ਨਾ ਕਿਤੇ ਸਭ ਤੋਂ ਜ਼ਿਆਦਾ ਜਿਹੜਾ ਜ਼ਹਿਰੀਲਾ ਜਾਂ ਕੈਮੀਕਲ ਯੂਜ਼ ਹੋ ਰਿਹਾ ਐਗਰੀਕਲਚਰ ਪ੍ਰੋਡਿਊਸ ਨੂੰ ਬਣਾਉਣ ਦੇ ਲਈ ਉਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਹੀ ਯੂਜ਼ ਹੋ ਰਿਹਾ ਤੇ ਜੇ ਕਿਤੇ ਨਖੇਦੀ ਵੀ ਕੀਤੀ ਜਾਂਦੀ ਹੈ ਜਾਂ ਕਿਤੇ ਮਨਾ ਵੀ ਕੀਤਾ ਜਾਂਦਾ ਵੀ ਕਿਤੇ ਜੇ ਐਕਸਪੋਰਟ ਵੀ ਕਰ ਦਿੰਦੇ ਨੇ ਤਾਂ ਚੀਜ਼ਾਂ ਵਾਪਸ ਆ ਜਾਂਦੀਆਂ ਨੇ ਇਹ ਤਾਂ ਲੱਗਦਾ ਇਹਦੇ ਵਿੱਚ ਵੀ ਦੇਖੋ ਕਿਸਾਨ ਨੇ ਤਾਂ ਫਸਲ ਬੀਜਣੀ ਆ ਕਿਸਾਨ ਨੂੰ ਇੱਕ ਜ਼ਰੀਆ ਪਤਾ ਹੁੰਦਾ ਵੀ ਆ ਸਮਾਂ ਚੋਨਾ ਵੇਚਣ ਦਾ ਹੈਗਾ ਆ ਕਣਕ ਵੇਚਣ ਦਾ ਹੈਗਾ ਉਹਨੇ ਵੀਜ ਦੇਣੀ ਆ ਜੇ ਇਹਨੂੰ ਹੋਰ ਕੋਈ ਫਸਲ ਦੇ ਦੋਗੇ ਉਹ ਵੀ ਉਹਨੇ ਵੇਚ ਦੇਣੀ ਆ ਪਰ ਪਾਲਿਸਿਸ ਦੀ ਕਮੀ ਰਹੀ ਹੈ ਇਸੇ ਕਰਕੇ ਕਿਸਾਨਾਂ ਦੇ ਨਾਲ ਵੱਡੇ ਪੱਧਰ ਤੇ ਇੱਕ ਆਪਾਂ ਕਹਿ ਸਕਦੇ ਵੀ ਗਾਹੇ ਬਗਾਹੇ ਕਿਸਾਨ ਤੋਂ ਖੇਤੀ ਖੋ ਕੇ ਉਹ ਵਪਾਰੀ ਵਰਗ ਨੂੰ ਦੇਣ ਦੀ ਕੋਸ਼ਿਸ਼ ਹੈ ਇਨਡੇਡ ਹਰਦੀਪ ਜੀ ਇਹ ਤਾਂ ਪਾਲਿਸੀ ਦੀ ਹੀ ਕਮੀ ਹੈ ਕੀਤਾ ਜਾ ਆਪਾਂ ਕਿਸਾਨ ਨੂੰ ਇਹਦੇ ਲਈ ਜ਼ਿੰਮੇਵਾਰ ਨਹੀਂ ਕਹਿ ਸਕਦੇ ਇਹ ਸਰਕਾਰਾਂ ਨੇ ਦੇਖਣਾ ਕਿਉਂਕਿ ਜੋ ਵੀ ਵੱਡੇ ਵੱਡੇ ਦੇਸ਼ ਨੇ ਜੀ ਇਹ ਉਹੀ ਗੱਲ ਆ ਜਾਂਦੀ ਹੈ ਵੀ ਇਹ ਤਾਂ ਬੇਸਿਕ ਨੈਸਸਿਟੀ ਹੈ ਖਾਣਾ ਖਾਣਾ ਜਦੋਂ ਬੇਸਿਕ ਨੈਸੈਸਿਟੀ ਹੈ ਉਹਦੇ ਵਿੱਚ ਸਿਰਫ ਕਿਸਾਨ ਦੇ ਉੱਤੇ ਹੀ ਛੱਡ ਦੇਣਾ ਵੀ ਨੁਕਸਾਨ ਹੋਇਆ ਤੇਰਾ ਪ੍ਰੋਫਿਟ ਹੋਇਆ ਮੇਰਾ ਇਸ ਰੂਪ ਦੇ ਵਿੱਚ ਨਹੀਂ ਗੱਲ ਚੱਲਦੀ ਇੱਥੇ ਜ਼ਰੂਰਤ ਇਹ ਸੀ ਵੀ ਤੁਸੀਂ ਸਬਸਿਡਾਈਜ਼ ਕਰਨਾ ਇਨਸ਼ੋਰ ਕਰਨਾ ਸਰਕਾਰਾਂ ਆਪ ਘਾਟੇ 'ਚ ਜਾਣ ਜਾਣ ਪਰ ਇਸ ਖਿੱਤੇ ਨੂੰ ਬਚਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹਦੇ ਵਿੱਚ ਪ੍ਰੋਫਿਟ ਦੀ ਗੱਲ ਨਹੀਂ ਹੈਗੀ ਇਹਦੇ ਵਿੱਚ ਇਹ ਇਨਸ਼ੋਰ ਕਰਨਾ ਹੈ ਵੀ ਫੂਡ ਸਭ ਦੀ ਨੈਸੈਸਿਟੀ ਹੈ ਦੇਸ਼ ਦਾ ਬੈਂਕ ਹੈ ਫੂਡ ਜੇ ਇੱਥੇ ਪ੍ਰੋਡਿਊਸ ਹੋ ਸਕਦਾ ਹੈ ਇਹ ਸਾਡੇ ਕੋਲ ਇੱਕ ਰਿਸੋਰਸ ਹੈ ਤੇ ਇਸ ਨੈਚੁਰਲ ਰਿਸੋਰਸ ਨੂੰ ਬਚਾਉਣ ਦੇ ਲਈ ਫਾਇਦੇ ਜਾਂ ਘਾਟੇ ਦੀ ਗੱਲ ਨਹੀਂ ਹੈ ਇਹਨੂੰ ਰਿਸੋਰਸ ਨੂੰ ਬਚਾਉਣ ਦੇ ਲਈ ਇਹਦੇ ਵਿੱਚ ਇਨਵੈਸਟ ਕਰਨ ਦੀ ਜ਼ਰੂਰਤ ਸੀ ਸਰਕਾਰਾਂ ਵੱਧ ਤੋਂ ਵੱਧ ਇਨਵੈਸਟ ਕਰਨ ਦੀ ਜ਼ਰੂਰਤ ਸੀ ਜਿਹਦੇ ਵਿੱਚ ਕਿਸਾਨ ਨਾਲੇ ਤਾਂ ਸਿਕਿਉਰ ਵੀ ਕੀਤਾ ਜਾ ਸਕਦਾ ਸੀ ਨਾਲੇ ਉਹਨੂੰ ਇਸ ਖਿੱਤੇ ਨੂੰ ਇਸ ਕੰਮ ਨੂੰ ਐਗਰੀਕਲਚਰ ਨੂੰ ਐ ਪ੍ਰਮੋਟ ਵੀ ਕੀਤਾ ਜਾਣਾ ਚਾਹੀਦਾ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਜਿਸ ਨੂੰ ਆਧਾਰ ਮੰਨਦੇ ਪੰਜਾਬ ਦਾ ਤਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਦਾ ਨਹੀਂ ਹਰਦੀਪ ਜੀ ਇਹ ਆਧਾਰ ਦੇਸ਼ ਦਾ ਆਧਾਰ ਆ ਫੂਡ ਜਿਹੜਾ ਫਰੂਟ ਫੂਡ ਦੀ ਜਿਹੜੀ ਰਿਕੁਆਇਰਮੈਂਟ ਹੈ ਪੂਰੇ ਦੇਸ਼ ਦੀ ਪੰਜਾਬ ਪੂਰੀ ਕਰ ਸਕਦਾ ਹੈ ਤੇ ਤੁਸੀਂ ਜੇ ਪੰਜਾਬ ਦੇ ਵਿੱਚ ਕੋਈ ਹੋਰ ਕਿੱਤਿਆਂ ਨੂੰ ਪ੍ਰਮੋਟ ਕਰ ਦਿੱਤਾ ਜਾ ਪੰਜਾਬ ਦੇ ਵਿੱਚ ਕੁਝ ਸੋਚ ਰਹੇ ਨੇ ਵੱਡੇ ਵਪਾਰੀ ਵੀ ਇਹਨੂੰ ਸਿਰਫ ਟ੍ਰੇਡ ਦੇ ਲਈ ਅਸੀਂ ਇੱਕ ਰੂਟ ਦੇ ਰੂਪ ਦੇ ਵਿੱਚ ਕਿਉਂਕਿ ਜੋ ਪੋਜੀਸ਼ਨ ਹੈ ਪੰਜਾਬ ਦੀ ਉਹ ਬਾਰਡਰਿੰਗ ਸਟੇਟਸ ਨਾਲ ਗ੍ਰੈਂਡ ਟ੍ਰੰਕ ਰੋਡ ਦੇ ਉੱਤੇ ਪੰਜਾਬ ਜੋੜਾ ਪੁਰਾਣਾ ਟ੍ਰੇਡ ਰੂਟ ਸੀ ਉਹਦੇ ਉੱਤੇ ਫਾਲ ਕਰਦਾ ਪੰਜਾਬ ਜੋ ਇਹ ਟਾਰਗੇਟ ਲੈ ਕੇ ਕੁਝ ਵਪਾਰਕ ਬੰਦੇ ਸਰਕਾਰਾਂ ਨੂੰ ਇਹ ਚਲਾ ਰਹੇ ਨੇ ਤੇ ਇਹ ਸੋਚਦੇ ਨੇ ਵੀ ਅਸੀਂ ਸਿਰਫ ਇਹਦੇ ਲਈ ਕਰਾਂਗੇ ਤਾਂ ਆਉਣ ਵਾਲਾ ਸਮਾਂ ਬਹੁਤ ਚਿੰਤਾਜਨਕ ਹੈ ਕਿਉਂਕਿ ਵਪਾਰੀ ਬੰਦੇ ਬੱਦਾ ਵੀ ਜੋ ਹੈ ਉਹ ਤੇ ਵਪਾਰ ਦੇ ਬਾਰੇ ਸੋਚ ਰਿਹਾ ਉਹਨੇ ਦੇਸ਼ ਦਾ ਢਿੱਡ ਨਹੀਂ ਭਰਨਾ ਦੇਸ਼ ਦੇ ਢਿੱਡ ਭਰਨ ਬਾਰੇ ਜਾਂ ਇਸ ਨੇਚੁਰਲ ਰਿਸੋਰਸ ਨੂੰ ਬਚਾਉਣ ਦੇ ਬਾਰੇ ਜੇ ਸੋਚਣਾ ਚਾਹੀਦਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰਾਂ ਜਦੋਂ ਕਿਸੇ ਜੋ ਵਪਾਰੀ ਬੰਦੇ ਦੇ ਪਿੱਛੇ ਲੱਗ ਕੇ ਜਦੋਂ ਕੰਮ ਕਰਦੀ ਹੈ ਤੇ ਅੱਗੇ ਦੂਰਦਰਸ਼ੀ ਸੋਚ ਨਹੀਂ ਰੱਖਦੀ ਆ ਉਹਦਾ ਟਨਯੂਰ ਟਪਾ ਕੇ ਬੰਦਾ ਭਾਰ ਜਾਂਦਾ ਮੁੜ ਕੇ ਉਹਨੂੰ ਕਿਹਨੇ ਪੁੱਛਣਾ ਕਿਉਂਕਿ ਉਹਨੂੰ ਪੁੱਛਣਾ ਕੋਈ ਲਾਅ ਨਹੀਂ ਹੈਗਾ ਮੈਂ ਪੰਜਾਬ ਦਾ ਆਧਾਰ ਇਸ ਕਰਕੇ ਕਹਿ ਰਿਹਾ ਸੀ ਕਿਉਂਕਿ ਪੰਜਾਬ ਦੀ ਜ਼ਿਆਦਾਤਰ ਜਿਹੜੀ ਜੀਡੀਪੀ ਹੈਗੀ ਆ ਉਹ ਖੇਤੀਬਾੜੀ ਜਾਂ ਖੇਤੀਬਾੜ ਦੇ ਸਾਇਕ ਧੰਦੇ ਜਿਹੜੇ ਨੇ ਉਹਨਾਂ ਤੇ ਨਿਰਪਰ ਕਰਦੀ ਹੈ ਤਾਂ ਲੱਗਦਾ ਨਹੀਂ ਕਿ ਸਮੇਂ ਦੀਆਂ ਸਰਕਾਰਾਂ ਨੇ ਵੀ ਧਿਆਨ ਨਹੀਂ ਦਿੱਤਾ ਕਿ ਖੇਤੀਬਾੜੀ ਨੂੰ ਉਸ ਤਰੀਕੇ ਨਾਲ ਨਵੀਨੀਕਰਨ ਕੀਤਾ ਜਾਵੇ ਸਮੇਂ-ਸਮੇਂ ਸਰ ਕੋਈ ਇਦਾਂ ਦਾ ਐਕਸ਼ਨ ਲਿਆ ਜਾਵੇ ਤਾਂ ਜੋ ਇਸ ਨੂੰ ਜਿਹੜੀ ਚੀਜ਼ ਹੀ ਆਧਾਰ ਆ ਉਹਨੂੰ ਹੋਰ ਪਰਫੁੱਲਿਤ ਕੀਤਾ ਜਾਵੇ ਦੇਸ਼ ਭਰ ਦੇ ਵਿੱਚ ਦੇਖੋ ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਹਰਦੀਪ ਜੀ ਮਸਲੇ ਤਾਂ ਸਾਡੇ ਜਦੋਂ ਸਾਡੀ ਕੋਈ ਗਲਤੀ ਵੀ ਨਹੀਂ ਮੈਂ ਇੱਕ ਛੋਟਾ ਕਿਸਾਨ ਆ ਮੈਂ ਕਰਜ਼ਾ ਲੈ ਕੇ ਬੀਜ ਲਿਆ ਕਰਜ਼ਾ ਲੈ ਕੇ ਮੈਂ ਉਹਦੇ 'ਚ ਰੇ ਸਪਰੇ ਪਾਈ ਹੈ ਤੇ ਫਿਰ ਕਿਤੇ ਵੈਦਰ ਦੀ ਮਾਰ ਕਰਕੇ ਮੇਰਾ ਨੁਕਸਾਨ ਹੋ ਗਿਆ ਮੇਰੀ ਫਸਲ ਦਾ ਨੁਕਸਾਨ ਹੋ ਗਿਆ ਮੈਨੂੰ ਮੁਆਵਜ਼ੇ ਲਈ ਵੀ ਜੋ ਹੈ ਤੜਫਣਾ ਪੈ ਰਿਹਾ ਤੇ ਦਰਦ-ਦਰ ਝਟਕਣਾ ਪੈ ਰਿਹਾ ਤੇ ਮੈਨੂੰ ਸਹੂਲਤਾਂ ਜਾਂ ਮੈਨੂੰ ਹੋਰ ਪ੍ਰਮੋਟ ਕਰਕੇ ਮੈਨੂੰ ਪੱਲਿਓ ਦੇ ਕੇ ਸਰਕਾਰਾਂ ਨੇ ਖੇਤੀ ਕਿੱਥੋਂ ਕਰਾਉਣੀ ਸੀ ਮੈਂ ਤਾਂ ਹਜੇ ਮਸਲੀ ਹੋਰਾ ਚੁੜਜਿਆ ਪਿਆ ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਜੋ ਤੁਸੀਂ ਕਰ ਰਹੇ ਹੋ ਵੀ ਸਰਕਾਰ ਨੂੰ ਕੋਈ ਪਾਲਿਸੀ ਬਣਾ ਕੇ ਨੀਤੀ ਬਣਾ ਕੇ ਮੈਨੂੰ ਬਚਾਉਣਾ ਚਾਹੀਦਾ ਸੀ ਇੱਥੇ ਤਾਂ ਮੇਰੇ ਤੇ ਹੋਰ ਤਰੀਕੇ ਨਾਲ ਵੀ ਕਿਸ ਤਰੀਕੇ ਨਾਲ ਮੇਰੇ ਤੇ ਜ਼ੁਲਮ ਹੋ ਸਦਾ ਮੈਥੋਂ ਕਿਵੇਂ ਹੋਰ ਮੈਨੂੰ ਨਿਚੋੜਿਆ ਜਾ ਸਕਦਾ ਮੈਨੂੰ ਕਿਸ ਤਰੀਕੇ ਨਾਲ ਹੋਰ ਜੋ ਐ ਲੋਨ ਦੇ ਥਰੂ ਜਾਂ ਹੋਰ ਬੈਂਕਾਂ ਦੇ ਥਰੂ ਹੋਰ ਮੈਨੂੰ ਕਿਵੇਂ ਮਾਰਿਆ ਜਾ ਸਕਦਾ ਉਹ ਉਹੋ ਜਿਹੀਆਂ ਨੀਤੀਆਂ ਚੱਲ ਰਹੀਆਂ ਨੇ ਪ੍ਰਾਈਵੇਟ ਲੋਕਾਂ ਦੇ ਹੱਥਾਂ ਦੇ ਵਿੱਚ ਆ ਕੇ ਕਿਸਾਨ ਨੂੰ ਬਚਾਉਣ ਦੇ ਬਾਰੇ ਤਾਂ ਅੱਜ ਤੱਕ ਕੋਈ ਉਸ ਰੂਪ ਦੀ ਨੀਤੀ ਚੱਜਣ ਦੇ ਸਾਹਮਣੇ ਆਈ ਨਹੀਂ ਜੋਸ਼ੀ ਜੀ ਇੱਕ ਬੜੀ ਅਹਿਮ ਚੀਜ਼ ਹੈ ਕਿਉਂਕਿ ਪੂਰੇ ਜਦੋਂ ਅਸੀਂ ਤਾਣੇ ਬਾਣੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਯੂਥ ਬਾਹਰ ਕਿਉਂ ਜਾ ਰਿਹਾ ਤੇ ਇੱਕ ਕਾਨੂੰਨ ਵਿਵਸਥਾ ਜਿਹੜੀ ਹੈ ਉਹਦੇ ਨਾਲ-ਨਾਲ ਅਦਾਲਤੀ ਸਿਸਟਮ ਤੇ ਵੀ ਭਰੋਸਾ ਲੋਕਾਂ ਦਾ ਉੱਠਦਾ ਜਾ ਰਿਹਾ ਹੌਲੀ-ਹੌਲੀ ਲੱਗਦਾ ਕਿ ਅਦਾਲਤਾਂ ਦੇ ਵਿੱਚ ਵੀ ਹੁਣ ਹੀਰਾਫੇਰੀ ਹੋਣ ਲੱਗ ਪਈ ਐ ਇਸੇ ਕਰਕੇ ਲੋਕਾਂ ਦੇ ਕਿਉਂਕਿ ਇਨਸਾਫ ਦੇ ਵਿੱਚ ਡਿਲੇ ਰਿਪੋਰਟਾਂ ਬੰਦ ਰਹਿ ਜਾਂਦੀਆਂ ਜਾਂ ਬਹੁਤ ਸਾਰੇ ਮਸਲੇ ਜਿਹੜੇ ਆ ਉਹ ਪੈਂਡਿੰਗ ਹੁੰਦੇ ਰਹਿੰਦੇ ਜਾਂ ਉਹਨਾਂ ਦੇ ਵਿੱਚ ਇਦਾਂ ਦੇ ਲੂਪ ਹੋਲ ਹੈਗੇ ਆ ਕਿ ਕੇਸ ਦੀ ਤਰੀਖ ਤੇ ਤਰੀਖ ਤਰੀਖ ਤੇ ਤਰੀਖ ਪੈਂਦੀ ਰਹਿੰਦੀ ਐ ਤੇ ਇਨਸਾਫ ਨੂੰ ਉਮਰਾਂ ਲੰਘ ਜਾਂਦੀਆਂ ਲੋਕਾਂ ਦੀਆਂ ਤੇ ਉਹ ਆਸ ਛੱਡ ਕੇ ਲੋਕੀ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਇਸ ਵੇਲੇ ਅਦਾਲਤਾਂ ਦੇ ਵਿੱਚ ਜਿਹੜਾ ਲੋਕਾਂ ਦਾ ਜੇ ਕਾਨੂੰਨ ਦੇ ਪ੍ਰਤੀ ਗੱਲ ਕਹੀ ਹੈ ਤਾਂ ਪਹਿਲੀ ਇੰਟਰੈਕਸ਼ਨ ਲੋਕਾਂ ਦੀ ਜਿਹੜੀ ਹੈ ਉਹ ਪੁਲਿਸ ਅਧਿਕਾਰੀਆਂ ਦੇ ਥਰੂ ਜੇ ਕੋਈ ਕ੍ਰਿਮੀਨਲ ਮਾਮਲਾ ਹੈ ਜੇ ਸਿਵਲ ਮਾਮਲਾ ਹੈ ਤਾਂ ਕਿਤੇ ਨਾ ਕਿਤੇ ਸਿਵਲ ਕੋਰਟਾਂ ਦੇ ਥਰੂ ਹੁਣ ਕਾਨੂੰਨ ਦੇ ਵਿੱਚ ਹੇਰਫੇਰ ਹੋ ਗਿਆ ਜਾਂ ਫੈਸਲੇ ਗਲਤ ਆ ਰਹੇ ਨੇ ਇਹ ਇਹਦੇ ਲਈ ਕੋਈ ਸਟਰੈਟਜੀ ਜਾਂ ਸਕੀਮ ਦੇ ਤਹਿਤ ਨਹੀਂ ਇਹ ਹੋ ਰਿਹਾ ਆਪਣਾ ਲਾਅਰਿਸਾ ਹੈ ਵੀ ਉਹਦੇ ਵਿੱਚ ਸਮਾਂ ਬਹੁਤ ਲੱਗਦਾ ਪੈਂਡੈਂਸੀ ਬਹੁਤ ਜ਼ਿਆਦਾ ਤੇ ਉਹ ਪੈਂਡੈਂਸੀ ਦਾ ਕਾਰਨ ਮੋਸਟਲੀ ਇਹੀ ਹੈ ਵੀ ਰਿਸੋਰਸਸ ਘਟ ਨੇ ਜੱਜਸ ਘਟ ਨੇ ਜੇ ਜੱਜਸ ਸਫੀਸ਼ੀਐਂਟ ਹੋਣ ਤਾਂ ਕੇਸਸ ਜਿਹੜੇ ਨੇ ਉਹ ਬਹੁਤ ਵੱਡੇ ਪੈਮਾਨੇ ਤੇ ਇੱਕ ਜੱਜ ਦੇ ਉੱਤੇ ਜੇ ਦੇਖਿਆ ਜਾਵੇ ਤਾਂ 100 100 150 ਕੇਸ ਪ੍ਰਤੀ ਦਿਨ ਦਾ ਬੋਝ ਪਿਆ ਹੁੰਦਾ ਹ ਹਿਊਮਨਲੀ ਪੋਸੀਬਲਲੀ ਹੈਗਾ ਵੀ ਜੱਜ ਉਹ ਸਾਰੇ ਕੇਸਾਂ ਨੂੰ ਪੜ੍ਹ ਸਕੇ ਕਿਤੇ ਨਾ ਕਿਤੇ ਜੱਜ ਜੋ ਐ ਆਪਦੇ ਸਟਾਫ ਤੇ ਜਾਂ ਵਕੀਲ ਸਹਿਬਾਨਾਂ ਦੇ ਉੱਤੇ ਵੀ ਰਿਲਾਇ ਕਰਦੇ ਆ ਵੀ ਉਹ ਮੈਨੂੰ ਸਹੀ ਪੋਜੀਸ਼ਨ ਲਿਆ ਕੇ ਦੱਸਣ ਮੈਨੂੰ ਅਸਿਸਟ ਕਰਨ ਪ੍ਰੋਪਰ ਅਸਿਸਟੈਂਸ ਦੀ ਵੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ ਵਕੀਲਾਂ ਦੇ ਵੱਲੋਂ ਵੀ ਉਹ ਉਹ ਜੀ ਕਈ ਵਾਰ ਅਸਿਸਟੈਂਸ ਪ੍ਰੋਪਰ ਨਹੀਂ ਦਿੱਤੀ ਜਾਂਦੀ ਉਹ ਉਸ ਦੇ ਚੱਲਦੇ ਜ਼ਰੂਰ ਕਾਨੂੰਨ ਇਨਸਾਫ ਮਿਲਣ ਦੇ ਵਿੱਚ ਡਿਲੇ ਹੋ ਰਹੀ ਹੈ ਉਹ ਡਿਲੇ ਹੀ ਐਸੀ ਹੈ ਵੀ ਉਹ ਉਸ ਦੇ ਕਰਕੇ ਲੋਕਾਂ ਦਾ ਵਿਸ਼ਵਾਸ ਉੱਠ ਰਿਹਾ ਕਿਉਂਕਿ ਜਦੋਂ ਤੱਕ ਨੂੰ ਕਿਸੇ ਕੇਸ ਦਾ ਫੈਸਲਾ ਹੁੰਦਾ ਉਦੋਂ ਨੂੰ ਗੱਡੀ ਬਹੁਤ ਦੂਰ ਲੰਘ ਚੁੱਕੀ ਹੁੰਦੀ ਹੈ ਕਈ ਵਾਰ ਬੰਦੇ ਨੇ ਆਪਦੀ ਪ੍ਰੋਮੋਸ਼ਨ ਦਾ ਕੇਸ ਪਾਇਆ ਹੁੰਦਾ ਤੇ ਬੰਦਾ ਪੂਰਾ ਹੋ ਜਾਂਦਾ ਉਹਦੇ ਪਰਿਵਾਰ ਨੂੰ ਉਹਦੇ ਬੈਨੀਫਿਟ ਮਿਲਣਾ ਨਾ ਮਿਲਣਾ ਇਹੇ ਜੇ ਹਾਲਾਤ ਪੂਰੇ ਨੇ ਕਿਸੇ ਨੇ ਆਪਦੀ ਪੈਨਸ਼ਨ ਦਾ ਕੇਸ ਪਾਇਆ ਹੋ ਪੈਨਸ਼ਨ ਆ ਮਿਲਦੀਆਂ ਨਹੀਂ ਤੇ ਉਸ ਤੋਂ ਪਹਿਲਾਂ ਬੰਦਾ ਪੂਰਾ ਹੋ ਜਾਂਦਾ ਪਰ ਕੇਸ ਨਹੀਂ ਪੂਰਾ ਹੁੰਦਾ ਤਾਂ ਇਹ ਜੇ ਹਾਲਾਤ ਜਰੂਰ ਚੱਲ ਰਹੇ ਨੇ ਉਹ ਡਿਲੇ ਜਰੂਰ ਹੈ ਤੇ ਡਿਲੇ ਹੈ ਤਾਂ ਉਹ ਅਪੁਆਇੰਟਮੈਂਟਸ ਨੂੰ ਲੈ ਕੇ ਹੈ ਜੱਜਸ ਦੀ ਅਪੁਆਇੰਟਮੈਂਟਸ ਜਿਹੜੇ ਨੰਬਰ ਆਫ ਜੱਜਸ ਵਧਾ ਦਿੱਤੇ ਜਾਣ ਤਾਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਕਾਬੂ ਕੀਤਾ ਜਾ ਸਕਦਾ ਪਰ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜੱਜਾਂ ਦੀ ਜੱਜਾਂ ਦੀ ਗਿਣਤੀ ਵਧਾ ਦਿੱਤੀ ਜਾਵੇ ਪਰ ਜਿਸ ਤਰੀਕੇ ਨਾਲ ਨੌਜਵਾਨ ਪੀੜ੍ਹੀ ਲਗਾਤਾਰ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ ਮੈਨੂੰ ਲੱਗਦਾ ਨਹੀਂ ਕਿ ਹੁਣ ਕੋਈ ਐਲਐਲਬੀ ਕਰਨ ਨਾਲ ਜਾਂਦਾ ਹੋਊਗਾ ਆਇਲਸ ਸੈਂਟਰਾਂ ਦੇ ਬਾਹਰ ਤਾਂ ਜਿਆਦਾ ਲਾਈਨਾਂ ਲੱਗੀਆਂ ਲੱਗਦੀਆਂ ਨਜ਼ਰ ਆਉਂਦੀਆਂ ਨੇ। ਰੀਵੀ ਵਾਲੇ ਵੀ ਹੁਣ ਅੱਜਕੱਲ੍ਹ ਹਰਦੀਪ ਜੀ ਉਹ ਐਸੀ ਸਹੂਲਤਾਂ ਕਰ ਦਿੱਤੀਆਂ ਨੇ ਵੀ ਇੰਡੀਆ ਦੇ ਵਿੱਚ ਹੀ ਤੁਸੀਂ ਬਹਿ ਕੇ ਵਿਦੇਸ਼ ਦੀ ਐਲਐਲਬੀ ਵੀ ਕਰ ਰਹੇ ਹੋ। ਵਿਦੇਸ਼ ਦਾ ਬਾਰ ਦਾ ਤੁਹਾਨੂੰ ਲਾਇਸੈਂਸ ਵੀ ਅਵੇਲੇਬਲ ਹੋ ਰਿਹਾ ਤੇ ਤੁਸੀਂ ਵਿਦੇਸ਼ 'ਚ ਜਾ ਕੇ ਪ੍ਰੈਕਟਿਸ ਕਰ ਸਕਦੇ ਹੋ। ਹੁਣ ਇਹਦੇ ਪਿੱਛੇ ਬਹੁਤ ਵੱਡੀ ਜੋ ਪਾਲਿਸੀ ਵਿਦੇਸ਼ੀ ਕੰਟਰੀਜ਼ ਦੀ ਹੈਗੀ ਹੈ। ਕੋਈ ਜ਼ਮਾਨਾ ਸੀ ਹਰਦੀਪ ਜੀ ਤੁਸੀਂ ਯਾਦ ਕਰੋਗੇ ਉਸ ਤੋਂ 5-10 ਸਾਲ ਪਹਿਲਾਂ ਦੀ ਗੱਲ ਹੈ ਵੀ ਇਹ ਸੁਣਿਆ ਜਾਂਦਾ ਸੀ ਵੀ ਸਰਕਾਰਾਂ ਇਸ ਰੂਪ ਚ ਸਟ੍ਰੈਟਜੀਆ ਜਾਂ ਪਾਲਿਸੀਆਂ ਜਾਂ ਬਜਟ ਪਲਾਨ ਕਰ ਰਹੀਆਂ ਵੀ ਫੋਰਨ ਇਨਵੈਸਟਮੈਂਟ ਇੰਡੀਆ ਚ ਆਵੇ ਉਹ ਕਦੇ ਕਾਮਯਾਬ ਹੋਇਆ ਨਹੀਂ ਫੋਰਨਰਸ ਨੇ ਜ਼ਰੂਰ ਬਾਹਰ ਲਿਆਂ ਕੰਟਰੀਆਂ ਨੇ ਐਸੀਆਂ ਪਾਲਸੀਆਂ ਜੋ ਹੈ ਜਾਤ ਕਰ ਲੀਆਂ ਨੇ ਵੀ ਇੰਡੀਆ ਦਾ ਇਨਵੈਸਟਰ ਜਿਹੜਾ ਫੋਰਨ ਚ ਜਾ ਰਿਹਾ ਹਰ ਬੱਚਾ ਜੇ ਇੱਥੋਂ ਜਾਂਦਾ ਤਾਂ ਘੱਟੋ ਘੱਟ 20-30 ਲੱਖ ਰੁਪਿਆ 25 ਤੋਂ 40 ਤੱਕ ਬਿਲਕੁਲ 25 ਤੋਂ 40 ਲੱਖ ਲੈ ਕੇ ਜਾਂਦਾ ਹੈ ਵਪਾਰੀਆਂ ਲਈ ਉਹਨਾਂ ਨੇ ਆਰਡਰ ਸਟਰੈਟਜੀ ਰੱਖ ਰੱਖੀ ਹੈ ਕਰੋੜ ਤੋਂ ਲੈ ਕੇ 3 ਕਰੋੜ ਤੱਕ ਜੋ ਜੋ ਹੈ ਤੁਸੀਂ ਇਨਵੈਸਟ ਕਰੋ ਸਾਡੀ ਕੰਟਰੀ ਚ ਨਾਲ ਦੀ ਨਾਲ ਸਾਡੀ ਸਿਟੀਜ਼ਨਸ਼ਿਪ ਲੈ ਲਓ ਤਾਂ ਫੋਰਨ ਕਿਤੇ ਕੰਟਰੀਜ਼ ਨੇ ਜਿਹੜੀਆਂ ਅਮਰੀਕਾ ਕੈਨੇਡਾ ਯੂਰਪ ਯੂਕੇ ਇਹ ਕਾਮਯਾਬ ਹੋ ਗਿਆ ਆਪਣਾ ਇਨਵੈਸਟਮੈਂਟ ਬਾਹਰ ਲੈ ਜਾਣ ਦੇ ਵਿੱਚ ਤੇ ਆਪਾਂ ਉਹਨੂੰ ਰੋਕਣ ਦੇ ਲਈ ਕੁਝ ਕਾਮਯਾਬੀ ਨਹੀਂ ਕਰ ਸਕੇ ਤੇ ਇਹੀ ਇੱਕ ਕਾਰਨ ਹੈ ਵੀ ਅੱਜ ਬੱਚਾ ਬਾਹਰ ਵੀ ਜਾ ਰਿਹਾ ਹੈ ਲੇਕਿਨ ਸਾਡੀ ਸਰਕਾਰਾਂ ਨੇ ਜਿਹੜੀਆਂ ਉਹ ਵਿਫਲ ਨੇ ਉਹਨਾਂ ਕੋਲੇ ਜਾਂ ਤਾਂ ਪਾਲਿਸੀ ਮੇਕਰਸ ਦੀ ਕਮੀ ਹੈ ਜਾਂ ਵਿਲ ਪਾਵਰ ਦੀ ਕਮੀ ਹੈ ਕੀ ਪ੍ਰੋਬਲਮ ਹੈ ਤਾਂ ਹੁਣ ਸੋਚਣ ਵਾਲੀ ਗੱਲ ਹੈ ਵਿਚਾਰ ਦੀ ਗੱਲ ਹੈ ਵੀ ਕਿਤੇ ਨਾ ਕਿਤੇ ਕਮੀ ਜ਼ਰੂਰ ਹੈ ਤੇ ਆਪਣੀਆਂ ਸਰਕਾਰਾਂ ਦੇ ਵਿੱਚ ਜਾਫਸਰੀ ਤੰਤਰ ਦੇ ਵਿੱਚ ਹੀ ਹੈ ਜੋ ਇਹ ਸਿਚੁਏਸ਼ਨ ਨੂੰ ਦੇਖਦੇ ਹੋਏ ਸਮਝਦੇ ਹੋਏ ਆਪਾਂ ਇਹਦਾ ਪਾਰਟ ਜ਼ਰੂਰ ਬਣ ਰਹੇ ਨੇ ਦਾ ਬੈਨੀਫਿਟ ਲੈਣਾ ਚਾਹੁੰਦੇ ਐ ਐਨ ਆਰ ਆਈ ਹਰ ਲੋਗ ਅਫਸਰਾਂ ਦੇ ਬੱਚੇ ਜਾਂ ਆਪ ਅਫਸਰ ਐਨ ਆਰ ਆਈ ਜ਼ਰੂਰ ਬਣ ਰਹੇ ਨੇ ਬਾਹਰ ਵਿਦੇਸ਼ ਚ ਜਾ ਰਹੇ ਨੇ ਇਨਵੈਸਟਮੈਂਟ ਉੱਤੇ ਕਰ ਰਹੇ ਨੇ ਲੇਕਿਨ ਇੱਥੇ ਆਪਣੀ ਸਟੇਟ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਉਹਨੂੰ ਕੰਟਰੋਲ ਕਰਨ ਲਈ ਕੋਈ ਹੱਲ ਨਹੀਂ ਕੀਤਾ ਜਾ ਸਕਦਾ ਇਹ ਸਮੱਸਿਆ ਇਕੱਲੀ ਪੰਜਾਬ ਦੀ ਨਹੀਂ ਐ ਏ ਥਰੋਊਟ ਇੰਡੀਆ ਦੇ ਵਿੱਚ ਸਾਊਥ ਲੈ ਲਓ ਤੁਸੀਂ ਗੁਜਰਾਤ ਲੈ ਲਓ ਵੱਡੇ ਵੱਡੇ ਸੂਬੇ ਜਿੰਨੇ ਵੀ ਨੇ ਸਭ ਦੇ ਵਿੱਚੋਂ ਹੂ ਕੈਨ ਅਫੋਰਡ ਇਟ ਉਹ ਕਰ ਰਹੇ ਨੇ ਜਿਹਦਾ ਜਿਹਦਾ ਵਾਸ ਚੱਲ ਰਿਹਾ ਉਹ ਵਿਦੇਸ਼ ਜਾ ਰਿਹਾ ਜਿਹਦਾ ਵਾਸ ਨਹੀਂ ਚੱਲ ਰਿਹਾ ਉਹ ਹੀ ਇੱਥੇ ਨਜ਼ਰ ਆ ਰਿਹਾ ਪਰ ਇੱਕ ਬੜੀ ਅਹਿਮ ਚੀਜ਼ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਬਹੁਤ ਸਾਰੀਆਂ ਚੀਜ਼ਾਂ ਲਗਾਤਾਰਤਾ ਦੇ ਵਿੱਚ ਵਾਪਰ ਰਹੀਆਂ ਨੇ ਇਹਨਾਂ ਦੇ ਵਿੱਚੋਂ ਇੱਕ ਚੀਜ਼ ਵੀ ਸਮਝਣ ਵਾਲੀ ਹੈ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਅਸੀਂ ਪਹੁੰਚੇ ਹੋਏ ਆ ਜੇ ਇੱਥੇ ਯੂਥ ਨੂੰ ਨਾ ਰੋਕਿਆ ਤਾਂ ਭਵਿੱਖ ਸਾਡਾ ਕੀ ਨਜ਼ਰ ਆਉਂਦਾ ਤੁਹਾਨੂੰ ਕਿਉਂਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦਾ ਦਾ ਜ਼ਿਕਰ ਚੱਲਦਾ ਰਿਹਾ ਪਰ ਪੰਜਾਬ ਨੂੰ ਪੰਜਾਬ ਬਣਾਉਣ ਦਾ ਜ਼ਿਕਰ ਇਹ ਕਦੇ ਬਹੁਤਾ ਨਹੀਂ ਹੋਇਆ ਬਹੁਤ ਘੱਟ ਹੁੰਦਾ ਕਿ ਪੰਜਾਬ ਜਿੱਦਾਂ ਦਾ ਸੀਗਾ ਉਸੇ ਤਰੀਕੇ ਉਹਨੂੰ ਉਸੇ ਖੁਸ਼ਹਾਲ ਸਟੇਟ ਦੇ ਵਿੱਚ ਲੈ ਆਈਏ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੀ ਅਸੀਂ ਜਦੋਂ ਗੱਲ ਕਰਦੇ ਆ ਤਾਂ ਲੱਗਦਾ ਨਹੀਂ ਕਿ ਇਧਰਲੇ ਪਾਸੇ ਨੂੰ ਐਫਰਟ ਨਹੀਂ ਹੋ ਰੇ ਜੇ ਪੰਜਾਬ ਦਾ ਯੂਥ ਇੱਥੇ ਨਹੀਂ ਰਿਹਾ ਤਾਂ ਪੰਜਾਬ ਦਾ ਭਵਿੱਖ ਕੀ ਹੋਊਗਾ ਉਸ ਹਿਸਾਬ ਨਾਲ ਦੇਖੋ ਇਹ ਫਿਰ ਐਕਸਪੈਕਟੇਸ਼ਨ ਆਪਾਂ ਲੋਕਾਂ ਤੋਂ ਕਰੀਏ ਇਹ ਸੋਚਣ ਵਾਲੀ ਗੱਲ ਆ ਵੀ ਕੀ ਆਪਾਂ ਯੂਥ ਨੂੰ ਕਹਿ ਸਕਦੇ ਆ ਵੀ ਅਸੀਂ ਦੇਥ ਨੂੰ ਐਕਸਪੈਕਟ ਕਰਦੇ ਆ ਵੀ ਤੂੰ ਔਖਾ ਸੌਖਾ ਪੰਜਾਬ 'ਚ ਹੀ ਰਹਿ ਔਖਾ ਸੌਖਾ ਘਾਟੇ ਵਾਲਾ ਸੌਦਾ ਖੇਤੀ ਵਾਲਾ ਹੀ ਕਰ ਔਖਾ ਸੌਖਾ ਤੈਨੂੰ ਨੌਕਰੀਆਂ ਨਹੀਂ ਮਿਲਦੀਆਂ ਫੇਰ ਵੀ ਤੂੰ ਇੱਥੇ ਧੱਕੇ ਖਾ ਔਖਾ ਸੌਖਾ ਤੋਂ ਅੰਦੋਲਨ ਕਰ ਇਹੀ ਕਰੀਏ ਜਾਂ ਇਹ ਐਕਸਪੈਕਟੇਸ਼ਨ ਆਪਾਂ ਨੂੰ ਸਰਕਾਰਾਂ ਤੋਂ ਜਾਂ ਜਿਹੜੇ ਇੰਸਟੀਟਿਊਸ਼ਨਾਂ ਦੇ ਆਧਾਰੇ ਬਣੇ ਹੋਏ ਨੇ ਕਿਤੇ ਨਾ ਕਿਤੇ ਹੁਣ ਐਜੂਕੇਸ਼ਨ 'ਚ ਵੀ ਘਾਟ ਹੈ ਜੌਬਸ ਬਸ਼ਰਤੇ ਬਹੁਤ ਹੈਗੀਆਂ ਨੇ ਅਵੇਲੇਬਲ ਨੇ ਜੌਬਸ ਲੇਕਿਨ ਅਸੀਂ ਉਸ ਲੈਵਲ ਦੀ ਜੌਬ ਨਹੀਂ ਕਰਨਾ ਚਾਹੁੰਦੇ ਜਾਂ ਫਿਰ ਸਾਡੀ ਐਜੂਕੇਸ਼ਨ ਫਿੱਟ ਨਹੀਂ ਬੈਰੀ ਉਸ ਜੌਬ ਦੇ ਲਈ ਉਸ ਜੌਬ ਲਈ ਸਾਨੂੰ ਕਿਤੇ ਬਾਹਰੋਂ ਬੰਦਾ ਬੁਲਾਉਣਾ ਪੈ ਰਿਹਾ ਜਿਹੜੀਆਂ ਛੋਟੀਆਂ ਜੌਬਸ ਨੇ ਛੋਟੇ ਪੈਮਾਨੇ ਦੀਆਂ ਜੌਬਸ ਨੇ ਹੁਣ ਛੋਟਾ ਜਿਹਾ ਧਾਰਨ ਦਿੰਦਾ ਮੈਂ ਆਹਾ Zomato ਜਾਂ Swiggy ਵਰਗੀਆਂ ਕੰਪਨੀਆਂ ਆ ਗਈਆਂ ਤੇ ਜੋ ਲੋਕਾਂ ਨੂੰ ਕੰਮ ਤੋਂ ਮਤਲਬ ਹੈ ਜਾਂ ਜਿਨ੍ਹਾਂ ਦੀ ਕਹੀਏ ਵੀ ਮਜਬੂਰੀ ਹੈ ਵੀ ਉਹ ਵਿਦੇਸ਼ ਨਹੀਂ ਜਾ ਸਕਦੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਅਪਣਾਇਆ ਇਹਨਾਂ ਨੂੰ ਅਪਣਾਉਣ ਤੋਂ ਬਾਅਦ ਉਹ ਆਪਦੀ ਜ਼ਿੰਦਗੀ ਬਹੁਤ ਖੁਸ਼ਹਾਲ ਬਤੀਤ ਕਰ ਰਹੇ ਆ ਕਦੇ ਕੈਬ ਕਰੀਏ ਕਿਸੇ ਡਰਾਈਵਰ ਨਾਲ ਗੱਲਬਾਤ ਹੁੰਦੀ ਹੈ ਉਹ ਕਹਿੰਦਾ ਵੀ ਮੈਂ ਆਪਦੀ ਰੋਜ਼ੀ ਰੋਟੀ ਜਿਹੜਾ ਹੈ ਸਫੀਸ਼ੀਐਂਟਲੀ ਕਮਾ ਰਿਹਾ ਸੈਟੀਸਫਾਈਡ ਆ ਤਾਂ ਉਹ ਕਿਤੇ ਹੁਣ ਉਹ ਬੰਦਾ ਸੈਟੀਸਫਾਈਡ ਹੈ ਲੇਕਿਨ ਉਹ ਵਿਦੇਸ਼ ਕਿਉਂ ਨਹੀਂ ਜਾ ਰਿਹਾ ਉਹ ਕਿਤੇ ਨਾ ਕਿਤੇ ਇਹ ਗੱਲ ਹੈ ਵੀ ਉਹ ਅਫੋਰਡ ਨਹੀਂ ਕਰ ਸਕਦਾ ਵਿਦੇਸ਼ ਜਾਣਾ ਪਰ ਉਹਦੇ ਲਈ ਇੱਥੇ ਜੌਬ ਤੇ ਉਹ ਪ੍ਰਬੰਧਨ ਤਾਂ ਉਹਦੇ ਲਈ ਹੈ ਤਾਂ ਹੋ ਸਕਦਾ ਵਿਦੇਸ਼ ਵਾਲੇ ਨਾਲੋਂ ਜੋ ਹੈ ਜੇ ਗੱਲ ਦੇਖੀ ਨਾ ਵਿਦੇਸ਼ ਦੇ ਵਿੱਚ ਜਾ ਕੇ ਜੌਬ ਕਰਕੇ ਤੁਸੀਂ ਜੋ ਕਮਾਉਂਦੇ ਹੋ ਤੇ ਜੋ ਤੁਹਾਡੀ ਉੱਥੇ ਲਗਤ ਆਉਂਦੀ ਹੈ ਉਹਦਾ ਕੰਪੈਰੀਸ਼ਨ ਕਰਿਆ ਜਾਵੇ ਤਾਂ ਉਹ ਉਰੇ ਇੰਡੀਆ ਦੇ ਵਿੱਚ ਜਿਹੜਾ ਆਪਦਾ ਜੋ ਕਹਿੰਦੇ ਈਗੋ ਨੂੰ ਮਾਰ ਕੇ ਵੀ ਕੋਈ ਜੇ ਛੋਟੇ ਤੋਂ ਛੋਟਾ ਕੰਮ ਵੀ ਬੰਦਾ ਕਰ ਰਿਹਾ ਹੈ ਨਾ ਉਹ ਕਾਮਯਾਬ ਹੈ ਫਿਰ ਪ੍ਰਵਾਸੀ ਜਿਹੜੇ ਹੋਰ ਸਟੇਟਾਂ ਨੇ ਉਹੀ ਗੱਲ ਹੈ ਵੀ ਜਿੱਥੇ ਐਗਰੀਕਲਚਰ ਇਹਨਾਂ ਖੁਸ਼ਹਾਲ ਨਹੀਂ ਸੀਗਾ ਜਾ ਫਾਈਨੈਂਸ਼ੀਅਲੀ ਉਹ ਸਟੇਟਾ ਦੇ ਲੋਕ ਇਹਨੇ ਸਾਊਂਡ ਨਹੀਂ ਸੀਗੇ ਉਹ ਆ ਕੇ ਇੱਥੇ ਫਿਟ ਇਨ ਹੋ ਰਹੇ ਨੇ ਉਹ ਪੰਜਾਬ ਦੇ ਵਿੱਚ ਸੈੱਟ ਆ ਰਹੇ ਨੇ ਉਹ ਉਸ ਉਹਨਾਂ ਕਿੱਤਿਆਂ ਨੂੰ ਜੋ ਆਪਣੇ ਬੱਚਿਆਂ ਨੂੰ ਕਰਨਾ ਚਾਹੀਦਾ ਸੀ ਆਪਣੇ ਬੱਚੇ ਜੇ ਫਾਈਨੈਂਸ਼ੀਅਲੀ ਅਵੇਲ ਅਫੋਰਡ ਕਰ ਸਕਦੇ ਉਹ ਵਿਦੇਸ਼ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਹੋਰ ਜਗ੍ਹਾ ਜਿੱਥੇ ਉਹ ਕੀ ਕਹਿੰਦੇ ਹੈ ਗੈਪ ਹੈ ਜਾਂ ਖਾਲੀਪਣ ਹੈ ਉਹ ਇੱਥੇ ਆ ਕੇ ਪੰਜਾਬ ਦੇ ਵਿੱਚ ਆਉਂਦਾ ਪੂਰਾ ਇੱਕ ਬੜੀ ਅਹਿਮ ਚੀਜ਼ ਹੈ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਉਧਰਲੇ ਹਿਸਾਬ ਨਾਲ ਖਰਚੇ ਵੀ ਉਧਰ ਹੀ ਉਦਾਂ ਦੇ ਵੱਧ ਜਾਂਦੇ ਨੇ ਉਹ 6-700 ਡਾਲਰ ਤਾਂ ਮੈਨੂੰ ਲੱਗਦਾ ਕਈਆਂ ਨੂੰ ਰਹਿਣ ਦਾ ਉਥੇ ਰੈਂਟੀ ਪੈ ਰਿਹਾ ਤੇ ਜੋ ਅਸੀਂ ਭਾਰਤ ਦੇ ਹਿਸਾਬ ਨਾਲ ਦੇ ਲਈ 70-80000 ਰੁਪਏ ਬਣ ਜਾਂਦਾ ਤੇ ਇਧਰ ਬੰਦਾ ਰੈਂਟ ਦਾ ਪੰਜਾਬੀਆਂ ਦੇ ਨਾ ਉਹਦੇ ਵਿੱਚ ਹੀ ਹੈ ਵੀ ਇਹਨਾਂ ਨੂੰ ਇੰਨਾ ਹਿਸਾਬ ਕਿਤਾਬ ਤਾਂ ਹੀ ਲਾਉਂਦੇ ਨੇ ਗੁਜਰਾਤੀ ਕੋਈ ਹੋਵੇ ਤਾਂ ਉਹ ਤਾਂ ਹਿਸਾਬ ਕਿਤਾਬ ਲਾਵੇ ਐਡਾ ਪੰਜਾਬੀ ਬੰਦੇ ਤਾਂ ਹਿਸਾਬ ਕਿਤਾਬ ਲਾਉਂਦੇ ਨਹੀਂ ਇਹ ਤਾਂ ਬਸ ਜੋ ਸੁਣਿਆ ਵੀ ਵਿਦੇਸ਼ਾਂ ਦੇ ਵਿੱਚ ਲਾਈਫ ਅੱਛੀ ਹੈ ਵਿਦੇਸ਼ਾਂ ਜੋ ਦੇਖਣ ਵਿੱਚ ਵੀ ਲਾਈਫ ਸਟਾਈਲ ਇਨਫੈਕਟ ਉਹਨਾਂ ਦਾ ਇਨਫਰਾਸਟ੍ਰਕਚਰ ਐਸਾ ਹੈ ਵੀ ਲਾਈਫ ਇਨਡੀਡ ਬੈਟਰ ਹੈ ਆਪਣੇ ਇਨਫਰਾਸਟ੍ਰਕਚਰ ਹੀ ਨਹੀਂ ਹੈਗਾ ਠੀਕ ਹੈ ਤੁਸੀਂ ਕਮਾ ਲੋਗੇ ਜੋਬ ਕਰਕੇ ਕੋਈ ਵੀ ਮਿਹਨਤ ਕਰਕੇ ਬੱਚਾ ਕਮਾ ਵੀ ਲੇਗਾ ਫਿਰ ਆਪਣੇ ਯੂਥ ਨੂੰ ਡਰ ਇਹ ਹੈ ਵੀ ਜੇ ਕੋਈ ਬਿਮਾਰੀ ਨੇ ਮੈਨੂੰ ਘੇਰ ਲਿਆ ਜੀ ਇੱਥੇ ਪ੍ਰਾਈਵੇਟ ਹਸਪਤਾਲਾਂ ਨੇ ਮੇਰਾ ਬੁਰਾ ਹਾਲ ਕਰ ਦੇਣਾ ਉਹਨਾਂ ਨੇ ਸਾਨੂੰ ਲੁੱਟ ਕੇ ਖਾ ਜਾਣਾ ਜੋ ਖਬਰਾਂ ਸੁਣਦੇ ਆ ਤੇ ਜੇ ਕਿਤੇ ਅਸੀਂ ਕਿਸੇ ਗਲਤ ਸ਼ਰੀਕ ਦੇ ਡਿੱਕੇ ਚੜ ਗਏ ਤੇ ਸਾਨੂੰ ਕਿਸੇ ਝੂਠੇ ਪਰਚੇ ਦੇ ਵਿੱਚ ਪੌਸਾਲਿਆਂ ਨੇ ਆਪਣੀ ਪ੍ਰਮੋਸ਼ਨ ਦੇ ਚੱਕਰ 'ਚ ਜਿਹੜਾ ਪੈਸਾ ਪੂਰਾ ਕਰਨਾ ਜਾਂ ਹੋਰ ਡਿਪਾਰਟਮੈਂਟ ਦੇ ਥਰੂ ਉਹਦੇ ਚੱਕਰ 'ਚ ਫਸ ਗਿਆ ਤਾਂ ਉਹਨੇ ਮੇਰੀ ਲਾਈਫ ਨੂੰ ਰੁਇਨ ਕਰ ਦੇਣਾ ਜੋ ਹੋ ਵੀ ਰਿਹਾ ਪੰਜਾਬ ਦੇ ਵਿੱਚ ਇਹ ਚੀਜ਼ਾਂ ਦੇ ਚੱਲਦੇ ਲੋਕਾਂ ਤੋਂ ਜਾਂ ਯੂਥ ਤੋਂ ਐਕਸਪੈਕਟ ਕਰਨਾ ਹਜੇ ਬੜਾ ਮੁਸ਼ਕਿਲ ਹੈ ਤੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਪਹਿਲ ਕਰਨੀ ਪਏਗੀ ਉਹਨਾਂ ਨੂੰ ਇਹਦੇ ਵਿੱਚ ਕੁਛ ਨਾ ਕੁਛ ਪੰਪਿੰਗ ਕਰਨਾ ਪਊਗਾ ਜਿਹੜੇ ਨੀਤੀ ਘੜੇ ਆ ਜਿਨ੍ਹਾਂ ਨੂੰ ਅਸੀਂ ਆਪਣਾ ਆਗੂ ਚੁਣ ਕੇ ਭੇਜਦੇ ਆ ਵਿਧਾਇਕ ਚੁਣ ਕੇ ਭੇਜਦੇ ਆ ਤੇ ਉਤ ਤੋਂ ਬਾਅਦ ਸਰਕਾਰ ਬਣਦੀ ਆ ਤਬਾਹ ਕਰਨੀ ਜ਼ਿੰਮੇਵਾਰੀ ਮੈਨੂੰ ਲੱਗਦਾ ਉਹਨਾਂ ਤੇ ਹੁੰਦੀਆਂ ਕਿ ਉਹ ਇਦਾਂ ਦੀਆਂ ਨੀਤੀਆਂ ਇਦਾਂ ਦੀਆਂ ਪਾਲਿਸੀਜ਼ ਲਿਆਉਣ ਕਿ ਜ਼ਮੀਨੀ ਪੱਧਰ ਤੇ ਰੋਜ਼ਗਾਰ ਪੈਦਾ ਕੀਤਾ ਜਾਵੇ ਜਦੋਂ ਅਸੀਂ ਵਕ ਵਕ ਮਸਲੇ ਵਿਚਾਰ ਰਹੇ ਸੀ ਪੰਜਾਬ ਦੇ ਪਾਣੀਆਂ ਦੀ ਅਸੀਂ ਗੱਲ ਕਰ ਲਈ ਹੈ ਪੰਜਾਬ ਦੇ ਨਾਲ ਜਦੋਂ ਅਸੀਂ ਤਾਲੂ ਰੱਖ ਦੇ ਕਾਨੂੰਨਾਂ ਦੀ ਗੱਲ ਕਰ ਲਈ ਹੈ ਪੰਜਾਬ ਦਾ ਯੂਥ ਨਸ਼ੇ ਕਰਕੇ ਜਿਹੜਾ ਗਲਤਾਨ ਹੁੰਦਾ ਜਾ ਰਿਹਾ ਉਹ ਤੋਂ ਬਚਣ ਦੀ ਗੱਲ ਕਰ ਲਈ ਹੈ ਤੁਹਾਨੂੰ ਹੋਰ ਕਾਰਨ ਕੀ ਲੱਗ ਰਹੇ ਨੇ ਹੋਰ ਕੀ ਰੀਜ਼ਨ ਨਜ਼ਰ ਆਉਂਦੇ ਨੇ ਜਿਸ ਦੇ ਕਰਕੇ ਯੂਥ ਜਿਹੜਾ ਹੈਗਾ ਖਾਸ ਕਰਕੇ ਉਹ ਵਿਦੇਸ਼ ਜਾ ਕੇ ਜਾਣਾ ਜਾਂ ਉੱਥੇ ਜਾ ਕੇ ਵਸਣਾ ਜ਼ਿਆਦਾ ਪਸੰਦ ਕਰ ਰਿਹਾ ਹੈ ਇਸ ਵੇਲੇ ਹਰਦੀਪ ਜੀ ਜਿਹੜੀਆਂ ਗੱਲਾਂ ਨੇ ਨਾ ਇਹ ਪੰਜਾਬ ਦੇ ਪ੍ਰਤੀ ਸੰਸੀਅਰ ਹੋਣਾ ਜਾਂ ਪੰਜਾਬ ਦੇ ਬਾਰੇ ਸੋਚਣਾ ਇਹ ਇਹਦੀ ਉਪਜ ਜਿਹੜੀ ਹੈ ਉਹ ਕਿਸੇ এডਿਕੇਸ਼ਨ ਚੋਂ ਨਹੀਂ ਹੈਗੀ ਉਹ ਆਪਣੇ ਰਿਲੀਜੀਅਨ ਦੇ ਵਿੱਚੋਂ ਸਭ ਤੋਂ ਵੱਡਾ ਜੋ ਪੰਜਾਬ ਨੂੰ ਸੇਧ ਦੇਣ ਵਾਲਾ ਜਾਂ ਦਿਸ਼ਾ ਦੇਣ ਵਾਲਾ ਜਾਂ ਆਪਣੇ ਬੱਚਿਆਂ ਨੂੰ ਮੰਨਿਆ ਜਾਂਦਾ ਵਿਦੇਸ਼ਾਂ ਨਾਲੋਂ ਵੱਖ ਕਰਦਾ ਉਹ ਇੱਥੇ ਦੇ ਬੱਚਿਆਂ ਦੇ ਸੰਸਕਾਰ ਨੇ ਸੰਸਕਾਰ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਧਾਰਮਿਕ এনवायरमेंट ਦੇ ਵਿੱਚ ਹੀ ਬੱਚਾ 'ਚ ਆਉਂਦੀਆਂ ਨੇ ਲੇਕਿਨ ਧਰਮ ਦੇ ਉੱਤੇ ਕਿਤੇ ਨਾ ਕਿਤੇ ਬਹੁਤ ਵੱਡੇ ਪੈਮਾਨੇ ਤੇ ਹਾਲ ਦੇ ਵਿੱਚ ਜਿਹੜਾ ਹਮਲੇ ਹੋਏ ਨੇ ਤੇ ਧਰਮ ਨੂੰ ਕਿਤੇ ਨਾ ਕਿਤੇ ਡਿਟਰਮਾਈਨ ਕਰਨ ਦੀ ਕੋਸ਼ਿਸ਼ ਬਹੁਤ ਵੱਡੇ ਸਾਜ਼ਿਸ਼ ਦੇ ਤਹਿਤ ਜੋ ਹੈ ਲੱਗਦਾ ਵੀ ਕੀਤੀ ਗਈ ਹੈ ਕਿਸੇ ਚੀਜ਼ ਦੇ ਪ੍ਰਤੀ ਦਿਲੋਂ ਇੱਕ ਉਹਦੀ ਇੱਜ਼ਤ ਕਰਨਾ ਤੇ ਉਹਦੇ ਉਹਦੇ ਪ੍ਰਭਾਵ ਨੂੰ ਮੰਨਣਾ ਤੇ ਉਹ ਤੋਂ ਡਰਨਾ ਕੋਈ ਗਲਤ ਕੰਮ ਕਰਨ ਤੋਂ ਪਹਿਲਾਂ ਵੀ ਮੈਨੂੰ ਉਹ ਪਰਮਾਤਮਾ ਦੇਖ ਰਿਹਾ ਉਹਨੂੰ ਹਾਜ਼ਰ-ਨਾਜ਼ਰ ਸਮਝਣਾ ਇਹ ਇਹ ਹੀ ਇਹ ਜੀ ਜਿਹੜਾ ਹੈ ਅਸੀਂ ਦੇਖਦੇ ਰਹੇ ਹਾਂ ਵੀ ਇਹ ਜਿਹਾ ਮਾਹੌਲ ਸੀਗਾ ਲੇਕਿਨ ਹਾਲ ਦੇ ਕੁਝ ਸਾਲਾਂ ਦੇ ਵਿੱਚ ਐਸੇ ਇਨਸੀਡੈਂਟ ਹੋ ਰਹੇ ਨੇ ਜਿਦੇ ਨਾਲ ਕਿਤੇ ਨਾ ਕਿਤੇ ਐ ਲੱਗਦਾ ਵੀ ਸਾਜ਼ਿਸ਼ ਦੇ ਅਧੀਨ ਧਰਮ ਨੂੰ ਚਾਹੇ ਉਹ Hindu ਧਰਮ ਹੈ ਪੰਜਾਬ ਦੇ ਵਿੱਚ ਚਾਹੇ ਉਹ Sikh ਧਰਮ ਹੈ ਚਾਹੇ ਕੋਈ ਹੋਰ ਇਸ ਧਰਮ ਹੋਵੇ ਇਹਨਾਂ ਦਾ ਜੋ ਅਸਰ ਹੈ ਉਹ ਉਹ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਤੁਸੀਂ ਬਲੇਸਫੇਮੀ ਦੇ ਇਨਸਟੈਂਸਸ ਦੇਖ ਸਕਦੇ ਹੋ ਤੁਸੀਂ ਸੈਕੂਲਰਾਈਜ਼ ਦੇ ਇਨਸਟੈਂਸਸ ਦੇਖ ਸਕਦੇ ਹੋ ਬੇਅਦਬੀਆਂ ਦੇ ਇਨਸਟੈਂਸਸ ਦੇਖ ਸਕਦੇ ਹੋ ਇਹ ਜਿਹੜਾ ਚਲਨ ਵਧਿਆ ਹੈ ਹਾਲ ਦੇ ਦਿਨਾਂ ਦੇ ਵਿੱਚ ਜੋ ਪਹਿਲਾਂ ਨਹੀਂ ਸੀ ਤੇ ਲੋਕਾਂ ਦੇ ਵਿੱਚ ਜੋ ਭਾਵਨਾ ਸੀਗੀ ਧਰਮ ਨੂੰ ਲੈ ਕੇ ਉਹਦੇ ਵਿੱਚ ਵੀ ਜੋ ਤਬਦੀਲੀ ਆਈ ਹੈ ਉਹਦੇ ਲਈ ਕਿਤੇ ਨਾ ਕਿਤੇ ਕੁਛ ਨਾ ਕੁਛ ਜੁੜਾ ਹੈ ਵੱਡੇ ਪੈਮਾਨੇ ਤੇ ਰਿਸਪਾਂਸਿਬਲ ਹੈ ਜੋ ਅੱਜ ਦੇ ਹਾਲਾਤ ਹੋਏ ਪਏ ਨੇ ਉਹਦੇ ਲਈ ਮੈਨੂੰ ਲੱਗਦਾ ਕਿ ਟਾਰਗੇਟ ਹੋ ਰਿਹਾ ਪੰਜਾਬ ਇਸ ਵੇਲੇ ਉਹ ਚਾਹੇ ਜਿੱਦਾਂ ਮਰਜੀ ਅਸੀਂ ਗਾਹੇ-ਬਗਾਹੇ ਕਹਿ ਲਈਏ ਤੇ ਪੰਜਾਬ ਨੂੰ ਇੱਕ ਗਿਣੀ-ਮਿਥੀ ਸਾਜ਼ਿਸ਼ ਦੇ ਹੀ ਹੀਠੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੇਖੋ ਇਹ ਉਹੀ ਗੱਲ ਹੈ ਵੀ ਹੁਣ ਇਹ ਚੀਜ਼ਾਂ ਤਾਂ ਉਦੋਂ ਆਉਣਗੀਆਂ ਜਦੋਂ ਕੋਈ ਨਾ ਕੋਈ ਕਿਤਾਬ ਲਿਖੂਗਾ ਤੇ ਉਸ ਵੇਲੇ ਜੋ ਆਪਣੇ ਜੋ ਜਨਰਲ ਲੋਕ ਹਾਂ ਆਮ ਵਿਅਕਤੀ ਆ ਆਪਦੇ ਕਿਤੇ ਨਾਲ ਜੁੜੇ ਹੋਇਆ ਸ਼ਾਇਦ ਉਹਨਾਂ ਲਈ ਇਹ ਠੀਕ ਨਹੀਂ ਹੋਣਾ ਇਹ ਦੱਸਣਾ ਪਰ ਜੋ ਸਰਕਾਰਾਂ ਨੇ ਜੀ ਜੋ ਸਿਸਟਮ ਦੇ ਵਿੱਚ ਨੇ ਜੋ ਟਾਪ ਪੋਜੀਸ਼ਨ ਤੇ ਦੇ ਬਿਊਰੋਕਰੇਟਸ ਉਹਨਾਂ ਦੇ ਸਾਹਮਣੇ ਇਹ ਪਾਲਿਸੀ ਜੇ ਕੋਈ ਹੈ ਤਾਂ ਉਹਨਾਂ ਦੇ ਸਾਹਮਣੇ ਜ਼ਾਹਰ ਹੈ ਮੇਰਾ ਕਹਿਣਾ ਇਹ ਹੀ ਹੈ ਵੀ ਜਿੰਨਾ ਲੋਕਾਂ ਦੇ ਸਾਹਮਣੇ ਪਾਲਿਸੀ ਜ਼ਾਹਰ ਹੈ ਤੇ ਉਹਨਾਂ ਨੂੰ ਜੇ ਇਹ ਲੱਗਦਾ ਵੀ ਐਸਾ ਹੋ ਰਿਹਾ ਤਾਂ ਕਿਤੇ ਨਾ ਕਿਤੇ ਕੋਈ ਅਕਾਉਂਟੇਬਿਲਟੀ ਦਾ ਹੋਣਾ ਚਾਹੀਦਾ ਜੇ ਇਸ ਗੱਲ ਨੂੰ ਨਜ਼ਰ ਅੰਦਾਜ਼ ਕਰ ਰਹੇ ਨੇ ਉਹ ਤੇ ਜੇ ਉਹ ਇਸ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਕਰ ਰਹੇ ਨੇ ਤੇ ਮਤਲਬ ਕਿ ਇਹ ਔਰ ਜਾਣਬੁੱਝ ਕੇ ਕੀਤਾ ਜਾ ਰਿਹਾ ਤਾਂ ਵੀ ਇਹ ਅਕਾਉਂਟੇਬਿਲਟੀ ਦੀ ਗੱਲ ਆ ਜਾਂਦੀ ਹੈ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਜਾਂ ਕੋਈ ਸਿਸਟਮ ਐਸਾ ਬਣਨਾ ਚਾਹੀਦਾ ਜੇ ਕੱਲ ਨੂੰ ਉਹ ਚੀਜ਼ਾਂ ਸਾਹਮਣੇ ਆਉਂਦੀਆਂ ਤਾਂ ਉਹ ਬੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਸਟੈਪਸ ਲਏ ਹੋਣੇ ਚਾਹੀਦੇ ਕਿਸੇ ਇੱਕ ਸੂਬੇ ਨੂੰ ਟਾਰਗੇਟ ਕਰਕੇ ਇਸ ਪ੍ਰਕਾਰ ਕਿਸੇ ਦੇ ਨਾਲ ਕਰਨਾ ਅ ਇਸ ਤੋਂ ਵੱਡਾ ਮੈਂ ਸੋਚੂਗਾ ਵੀ ਆਪਣੇ ਦੇਸ਼ ਦੇ ਨਾਲ ਹੀ ਦਰੋ ਕੋਈ ਹੋ ਨਹੀਂ ਸਕਦਾ ਜੇ ਅਸੀਂ ਹੱਲ ਦੀ ਗੱਲ ਕਰੀਏ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਦਿੱਕਤਾਂ ਨੇ ਜਿਨ੍ਹਾਂ ਦੇ ਹੱਲ ਵੀ ਲੱਭਣੇ ਪੈਣਗੇ ਸਾਨੂੰ ਤੁਸੀਂ ਆਪਣੇ ਤਜਰਬੇ ਤੋਂ ਹੁਣ ਤੱਕ ਬਹੁਤ ਸਾਰੇ ਮਸਲੇ ਕਾਨੂੰਨੀ ਤੌਰ ਤੇ ਜਾਂ ਅਦਾਲਤੀ ਤੌਰ ਤੇ ਦੇਖੇ ਨੇ ਤੇ ਨਾਲ ਦੀ ਨਾਲ ਸਮਾਜਿਕ ਤੌਰ ਤੇ ਵੀ ਤੁਸੀਂ ਜਿਹੜੀਆਂ ਇਸ ਵੇਲੇ ਚੀਜ਼ਾਂ ਹੋ ਰਹੀਆਂ ਉਹਨਾਂ ਨੂੰ ਵੀ ਵਾਚ ਰਹੇ ਹੋ ਲਗਾਤਾਰ ਤਾਂ ਹੱਲ ਕੀ ਦੇਖਦੇ ਹਾਂ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਜੇ ਪੰਜਾਬ ਦੀ ਪ੍ਰੋਸਪਰਿਟੀ ਜਾਂ ਉਹਦੀ ਖੁਸ਼ਹਾਲੀ ਦੇਖਣੀ ਹੈ ਖੁਸ਼ਹਾਲ ਪੰਜਾਬ ਦਾ ਇੱਥੇ ਇੱਕ ਜ਼ਿਕਰ ਤਾਂ ਚੱਲਦਾ ਪਰ ਅਸਲ ਹਕੀਕਤ ਦੇ ਵਿੱਚ ਜੇ ਅਸੀਂ ਪੰਜਾਬ ਨੂੰ ਖੁਸ਼ਹਾਲ ਦੇਖਣਾ ਹੈਗਾ ਤਾਂ ਤੁਹਾਨੂੰ ਕੀ ਲੱਗਦਾ ਕਿਹੜੇ ਕਦਮ ਜਿਹੜੇ ਨੇ ਉਹ ਸਰਕਾਰਾਂ ਸਰਕਾਰਾਂ ਨੂੰ ਸਰਕਾਰੀ ਤੌਰ ਤੇ ਤੇ ਆਮ ਲੋਕਾਂ ਨੂੰ ਆਮ ਲੋਕਾਂ ਦੇ ਤੌਰ ਤੇ ਕਰ ਲੈਣੇ ਚਾਹੀਦੇ ਮੈਂ ਸਮਝਦਾ ਜੀ ਗਰਾਊਂਡ ਰਿਐਲਿਟੀ ਨੂੰ ਸਮਝ ਕੇ ਜੇ ਇਹ ਅੰਡਰਸਟੈਂਡ ਕਰਕੇ ਵੀ ਜੇ ਕੋਈ ਅੱਜ ਦੀ ਡੇਟ ਚ ਕਰਪਸ਼ਨ ਕਰ ਰਿਹਾ ਉਹ ਕਰਪਸ਼ਨ ਤੋਂ ਗੇਨ ਕੀ ਕਰ ਰਿਹਾ ਤੇ ਉਹ ਕਰਾਪਸ਼ਨ ਦੇ ਬਾਅਦ ਉਹ ਚੀਜ਼ ਨੂੰ ਲਾਗੂ ਕਿੰਨਾ ਤੇ ਕੀਤਾ ਜਾ ਰਿਹਾ ਆਮ ਵਿਅਕਤੀ ਦੀ ਕੀ ਸੋਚ ਆਪਦੇ ਪਰਿਵਾਰ ਨੂੰ ਖੁਸ਼ਹਾਲ ਜਾਂ ਹੋਰ ਚੀਜ਼ਾਂ ਕਰਨ ਦੇ ਲਈ ਆਪਦੇ ਬੱਚਿਆਂ ਨੂੰ ਸੈੱਟ ਕਰਨ ਦੇ ਲਈ ਕਰਦਾ ਕੋਈ ਕਰਾਪਸ਼ਨ ਕੋਈ ਆਫ ਦੀ ਵੈਲਥ ਨੂੰ ਜੋ ਹੈ ਅਕਮ ਕਮੋਡੇਟ ਕਰਨ ਲਈ ਇਹ ਚੀਜ਼ਾਂ ਕਰ ਰਿਹਾ ਇਸ ਨੂੰ ਟਾਰਗੇਟ ਕਰਕੇ ਵੀ ਜਿਹੜਾ ਐਂਡ ਗੋਲ ਹੈ ਉਸ ਚੀਜ਼ ਦਾ ਜੋ ਵੀ ਬੰਦਾ ਆਪਦੀ ਜਾਂ ਤਾਂ ਡਿਊਟੀ ਨੂੰ ਨਜ਼ਰਅੰਦਾਜ਼ ਕਰ ਰਿਹਾ ਜਾਂ ਕਰਾਪਸ਼ਨ ਦੇ ਕਰਕੇ ਕੁਤਾਹੀ ਕਰ ਰਿਹਾ ਉਹਦਾ ਜੋ ਐਂਡ ਰਿਜ਼ਲਟ ਹੈ ਉਹਨੂੰ ਟਾਰਗੇਟ ਕਰਕੇ ਉਹਦੇ ਖਿਲਾਫ ਅਕਾਉਂਟੇਬਿਲਟੀ ਦਾ ਕੋਈ ਨਾ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਚਾਹੇ ਉਹ ਪਾਣੀਆਂ ਦੇ ਡਿਪਾਰਟਮੈਂਟ ਦੇ ਬਾਰੇ ਹੋਵੇ ਚਾਹੇ ਉਹ ਪੋਲਿਟਿਕਲ ਲੀਡਰਾਂ ਦੀ ਗੱਲ ਹੋਵੇ ਤਾਂ ਸਰਕਾਰਾਂ ਜਿਹੜੀਆਂ ਮੌਕੇ ਤੇ ਰਹਿੰਦੀਆਂ ਨੇ ਮਿਨਿਸਟਰਸ ਜਿਹੜੇ ਮੌਕੇ ਤੇ ਰਹਿੰਦੇ ਨੇ ਉਹਨਾਂ ਦੇ ਦੌਰਾਨ ਜੋ ਜੋ ਡਿਊਰੇਸ਼ਨ ਦੇ ਦੌਰਾਨ ਜੋ ਜੋ ਕਾਪੜੇ ਹੁੰਦੇ ਨੇ ਜੋ ਜੋ ਸਕੈਮਸ ਪਾਈ ਜਾਂਦੇ ਨੇ ਉਹਨਾਂ ਦੀਆਂ ਰਿਕਵਰੀਆਂ ਉਹਨਾਂ ਵਿਅਕਤੀਆਂ ਤੋਂ ਕਿਵੇਂ ਕੀਤੀਆਂ ਜਾਣ ਤੇ ਉਹਨਾਂ ਦੀ ਅਕਾਉਂਟੇਬਿਲਟੀ ਕਿਵੇਂ ਹੋਵੇ ਤੇ ਜਿਹੜੀ ਚੀਜ਼ ਉਹਨਾਂ ਨੂੰ ਇੰਪੈਕਟ ਕਰਦੀ ਹੈ ਉਸ ਦੇ ਮੁਤਾਬਕ ਪਲੱਸ ਜਿਹੜੇ ਲਾਅ ਨੇ ਇਹ ਇਹ ਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਵਿਅਕਤੀ ਕਹਿੰਦਾ ਵੀ ਮੈਂ ਜਦੋਂ ਨੂੰ ਮੈਂ ਫੜਿਆ ਜਾਊਗਾ ਉਦੋਂ ਨੂੰ ਮੇਰੀ ਉਮਰ ਹੀ 5-7 ਸਾਲ ਜਾਓ ਮੇਰੇ ਬੁਢਾਪੇ ਚ ਹੋਊਗੀ ਗੱਲ ਕੇਸ ਚੱਲੀ ਜਾਊਗਾ ਇੰਨਾ ਤਾਂ ਕੇਸ ਹੀ ਲਮਕਾ ਲਾਂਗੇ ਅਸੀਂ ਤੇ ਉਸ ਤੋਂ ਬਾਅਦ ਮੈਨੂੰ ਕੋਈ ਸਜ਼ਾ ਨਹੀਂ ਹੈ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਨੂੰ ਕਵਰ ਕਰਦੇ ਹੋਏ ਕੋਈ ਨਾ ਕੋਈ ਲਾਅ ਬਣਦਾ ਬਹੁਤ ਸ਼ੁਕਰੀਆ ਜੋਸ਼ੀ ਜੀ ਤੁਸੀਂ ਸਮਾਂ ਦਿੱਤਾ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਹੋਈਆਂ ਨੇ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਸਮਝ ਆਉਣਗੀਆਂ ਕਿ ਆਖਰਕਾਰ ਇਹਨਾਂ ਹਾਲਾਤਾਂ ਤੱਕ ਅਸੀਂ ਪਹੁੰਚ ਗਏ ਹਾਂ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਸ ਹਨ ਰਵਨੀ ਜੋਸ਼ੀ ਆਪਣੇ ਕਿਤੇ ਦੇ ਨਾਲ ਰਹਿੰਦੇ ਹੋਏ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਮਝਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਇਹਨਾਂ ਹਾਲਾਤਾਂ 'ਚ ਪਹੁੰਚਾ ਕਿਉਂ ਬਹੁਤ ਮਿਨੀਓਟ ਸੀਜਾ ਹੁੰਦੀਆਂ ਨੇ ਬਹੁਤ ਸਾਰੀਆਂ ਬ੍ਰੀਕ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਮਝ ਆਉਂਦੀਆਂ ਨੇ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਜਾਂ ਪੰਜਾਬ ਦੇ ਵੱਖ-ਵੱਖ ਸਮਿਆਂ ਤੇ ਜਿਹੜੇ ਨੀਤੀ ਕਾਢੇ ਰਹੇ ਨੇ ਜਿਨ੍ਹਾਂ ਦੇ ਹੱਥ ਅਸੀਂ ਆਪਣੀ ਵਾਕਡਾਉਰ ਫੜਾਉਨੇ ਆ ਉਹਨਾਂ ਨੇ ਕਿਸ ਤਰੀਕੇ ਨਾਲ ਪੰਜਾਬ ਦੇ ਨਾਲ ਧਰੋ ਕਮਾਇਆ ਤੇ ਇੱਕ ਬੜੀ ਅਹਿਮ ਚੀਜ਼ ਜੋਸ਼ੀ ਸਾਹਿਬ ਨੇ ਕਹੀ ਹੈ ਕਿ ਜਿਹੜੇ ਲੋਕਾਂ ਨੇ ਧਰੋ ਕਰ ਲਿਆ ਇਨ ਫਿਊਚਰ ਆਣ ਕੇ ਸਾਨੂੰ ਪਤਾ ਵੀ ਲੱਗ ਗਿਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਕਾਰਵਾਈ ਕਰਨ ਦਾ ਕੋਈ ਕਾਨੂੰਨ ਕਿਉਂ ਨਹੀਂ ਬਣਦਾ ਕਿ ਉਹਨਾਂ ਨੂੰ ਵੀ ਜਵਾਬਦੇਹ ਬਣਾਇਆ ਜਾਵੇ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਵੀ ਅਟੈਚ ਕਰਕੇ ਲੋਕਾਂ ਦੇ ਨਾਲ ਜਿਹੜਾ ਧੋਖਾ ਹੋਇਆ ਉਹਦਾ ਹਲਕਿਓ ਨਾ ਕੀਤਾ ਜਾਵੇ ਤਾਂ ਬਹੁਤ ਅਹਿਮ ਚੀਜ਼ਾਂ ਨੇ ਅੱਜ ਇਸ ਪ੍ਰੋਗਰਾਮ ਦੇ ذریعے ਜਿਹੜੀਆਂ ਜੋਸ਼ ਸਾਹਿਬ ਨੇ ਕੀਤੀਆਂ ਨੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਪਤਾ ਲੱਗੀਆਂ ਹੋਣਗੀਆਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕੀਮਤੀ ਵਿਚਾਰ ਜ਼ਰੂਰ ਸਾਂਝੇ ਕਰੋ ਇਹ ਤਰ ਤੋ ਅੱਗੇ ਲੈਣੀ ਹੈ ਬਹੁਤ ਬਹੁਤ ਧੰਨਵਾਦ